ਪਿੰਡ ਲੋਹਾਮ ਦੀ ਤਕਰੀਬਨ 100% ਹੀ ਫਸਲ ਤਬਾਹ ਹੋ ਚੁੱਕੀ ਆ ਜ਼ਿਮੀਂਦਾਰ ਹੀ ਜ਼ਿਮੀਂਦਾਰਾਂ ਨੂੰ ਪਤਾ ਨਹੀਂ ਕਾਦੋਂ ਨੀ ਪਾਣੀ ਨਗਾਉਣ ਦਿੰਦੇ ਅੰਦਰ ਸਾਡਾ ਪਾਣੀ ਇਹ ਰੁਕਿਆ ਹੀ ਖੜਾ ਜੀ ਇਹਦਾ ਕੋਈ ਨਿਕਾਸੀ ਹੈ ਨਹੀਂ ਕਿਸੇ ਬਸ ਨਿਕਲਦੀ ਪੰਜ-ਪੰਜ ਹਜ਼ਾਰ ਰੁਪਿਆ ਲਵਾਈ ਦੇਈ ਬੈਠੇ ਆ ਜੀ ਉੱਤੇ ਰਿਆਂ ਸਭ ਕਰੀ ਬੈਠੇ ਆ ਦਵਾਈਆਂ ਪਾਈ ਬੈਠੇ ਆ ਜੀ ਬਸੇਹੜਾ ਖਰਚਾ ਤਾਂ ਹੁਣ ਵੇਲੋ ਜੀ ਸੁੱਕਣ ਦੀ ਆਸ ਉਸਤਾ ਨਹੀਂ ਹੋਣੀ ਕੋਈ ਨਹੀਂ ਜੀ ਕੋਈ ਆਸ ਨਹੀਂ ਜੀ ਹੁਣ ਤਾਂ ਖਤਮ ਹੋ ਗਿਆ ਇਹ ਪਨੀਰੀਆਂ ਵੀ ਮਰ ਗਈਆਂ ਜ਼ਿਮੀਂਦਾਰਾਂ ਦੀਆਂ ਕੀ ਕਰਨਗੇ ਜੀ 1 ਕਿੱਲਾ ਜ਼ਮੀਨ ਦਾ ਇਹਦੇ ਕੋਲੇ ਉਹਦੇ ਵਿੱਚ ਬੈਠਾ ਘਰ ਇਹਦਾ ਡਿੱਗਣ ਵਾਲਾ ਹੋਇਆ ਪਿਆ ਦੱਸੋ ਜੇ ਇਹਦਾ ਅੱਜ ਘਰ ਡਿੱਗਦਾ ਇਹਨੇ ساری ਉਮਰ ਚ ਇੱਕੋ ਘਰ ਬਣਾ ਸਕਿਆ ਇਹ ਬੰਦਾ ਦੋ ਬੇਟੀਆਂ ਇੱਕ 3 ਸਾਲ ਦੀ ਇੱਕ 4 ਸਾਲ ਦੀ ਜਾਈ ਪਾਣੀ 5 ਦਿਨ ਖੜਾ ਰਿਹਾ ਤਾਂ ਸਾਰੇ ਟੱਬਰ ਬਿਮਾਰ ਹੋ ਜਾਊਗਾ ਫੇਰ ਇਹਨੂੰ ਇਹਦਾ ਵਾਲੀ ਵਾਰ ਸਿਕਾਉਣ ਹੈ ਕੋਈ ਵੀ ਨਹੀਂ ਕੋਈ ਆ ਵੀ ਗਿਆ ਜੀ ਤੇ ਉਹਨਾਂ ਨੇ ਮਿੱਠੇ ਪਕੌੜੇ ਦੇ ਕੇ ਤੁਰ ਜਾਣਾ ਵੀ ਜੀ ਕਰ ਦਿਆਂਗੇ ਕਰ ਦਿਆਂਗੇ ਕਰਨਾ ਕਿਸੇ ਨਹੀਂਗਾ ਆਮ ਆਦਮੀ ਵਾਲੇ ਸਾਰੇ ਪਿੰਡ ਦੇ ਵਿੱਚੋਂ ਮੇਰੀ ਫਸਲ ਦਾ ਖਰਾਬਾ ਲਿਖ ਕੇ ਲੈ ਕੇ ਗਏ ਕਣਕ ਦਾ ਵੀ 70% ਤੇਰਾ ਖਰਾਬਾ ਹੋਇਆ ਸਾਰੇ ਪਿੰਡ ਜੋ ਕਿਸੇ ਦੀ ਫਸਲ ਨਹੀਂ ਲਿਖੀ ਸਾਡੀ ਕੱਲਿਆਂ ਦੀ ਲਿਖੇ 12 ਗੱਲੇ 1 ਰੁਪਈਆ ਨਹੀਂ ਦਿੰਦਾ ਬਈ ਉਹਨਾਂ ਸੁਬਾ ਇਹਨੇ ਮੈਨੂੰ ਨੰਬਰ ਦਿੱਤਾ ਐਮਐਲਏ ਦਾ ਸੁਬਾ ਤੋਂ ਲੈ ਕੇ ਹੁਣ ਤੱਕ 50 ਵਾਰੀ ਫੋਨ ਕੀਤਾ ਮੈਨੂੰ ਉਹਨੇ ਰੈਂਗ ਨਹੀਂ ਕੀਤੀ ਦੁਆਰਾ ਇਹ ਪ੍ਰਧਾਨ ਬਣਾਇਆ ਇਹਨੇ ਮੈਨੂੰ ਨੰਬਰ ਦਿੱਤਾ ਸੁਬਾ ਲੈ ਗੱਲ ਕਰ ਲੋ ਤੁਹਾਨੂੰ ਦੁਆਰਾ ਫੋਨ ਆਜੂ ਕਿਉਂ ਬਈ ਮੈਂ 50 ਵਾਰੀ ਫੋਨ ਕੀਤਾ ਪੁੱਛ ਆ ਰਹੇ ਜੀ ਐਮਐਲਏ ਸਾਹਿਬ ਆ ਰਹੇ ਆ ਗੱਲ ਹੋਈ ਬਈ ਇਹਨੇ ਕੀ ਕੀ ਕਿਹਾ ਸੀ ਤੁਸੀਂ ਕੀ ਦੱਸਣ ਨੁਕਸਾਨ ਦਾ ਦੱਸਿਆ ਵਿਆ 1200 ਕਿੱਲੇ ਦੇ ਵਿੱਚ ਪਾਣੀ ਆਇਆ ਵਿਆ ਨਾਲ ਹੀ ਉਹ ਕਹਿੰਦੇ ਅਸੀਂ ਆ ਪਾ ਰਹੇ ਇਹ ਤਾਂ ਬਾਈ ਜੀ 5-7 ਦੇਣਾ ਇਸ ਦੂਬਾਰ ਟਾਈਫਾਇਡ ਮਲੇਰੀਆ ਹੈ ਜਾ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਫੈਲ ਰਹੀਆਂ ਲਾਗ ਲੱਗ ਜਾਣੀਆਂ ਅਸੀਂ ਅੱਗੇ ਪੱਠੇ ਵੜਦੇ ਹਾਂ ਪਿਛਲੇ ਸਾਲਾਂ ਦੇ ਵਿੱਚ ਤੇ ਮੁੜ ਕੇ ਜਿਹੜੀ ਦਵਾਈ ਲਈਦੀ ਆ ਉਹ ਵੀ ਸਟਰੋਂਗ ਹੁੰਦੀ ਆ ਉਹਦੇ ਨਾਲੇ ਗਾਂ ਟੱਟੀਆਂ ਉਲਟੀਆਂ ਲੱਗਦੀਆਂ ਐ ਜੀ ਦਵਾਈ ਦਿੰਦੇ ਡਾਕਟਰ ਬਾਈ ਜੀ ਹੁਣ ਮੇਰੇ ਕੋਲ ਤਿੰਨ ਕਨਾਲ ਆਪਣੀ ਰੀ ਬੀਜੀ ਸੀ ਉਹਦੇ ਉੱਤੋਂ ਦੀ 4-4 ਫੁੱਟ ਪਾਣੀ ਫਿਰਦਾ ਕਿੱਥੋਂ ਬਜਣੀ ਉਹ ਜਦੋਂ ਕਣਕ ਝੋਨਾ ਜਾਂ ਕੋਈ ਵੀ ਫਸਲ ਸਾਡੀ ਮਰ ਜਾਂਦੀ ਆ ਤੇ ਫਿਰ ਸਾਡੀਆਂ ਤਾਸਾਂ ਤੇ ਪਾਣੀ ਫਿਰ ਜਾਂਦਾ ਜੀ ਉਹ ਟਾਈਮ ਇਹ じゃ ਹਰੇ ਕੋਲੇ ਮਿਲਾਂ ਕਰਜਾਈ ਹਰੇ ਕੀ ਬਿਲਕੁਲ ਜੀ ਹਰ ਇੱਕ ਕੋਲੇ ਸਾਡਾ ਸਾਡਾ ਧੰਦਾ ਹੀ ਇੰਨਾ ਕਾ ਹੀ ਕੋਈ ਜ਼ਿਆਦਾ ਪ੍ਰੋਫਿਟ ਸਾਨੂੰ ਹੈ ਨਹੀਂ ਇਸ ਚੀਜ਼ ਦੇ ਵਿੱਚ ਸਾਡੀ ਆਈ ਚਲਾਈ ਮਸਾਂ ਚੱਲਦੀ ਆ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇਵਾਲ ਮੇਰੇ ਪਿੱਛੇ ਦੀ ਤਸਵੀਰ ਇੱਕ ਵਾਰੀ ਦਿਖਾ ਦੇਮਾ ਫਿਰੋਜ਼ਪੁਰ ਦਿਹਾਤੀ ਦਾ ਪਿੰਡ ਲੋਹਾਮ ਇਹ ਇੱਕ ਤਬਾਹੀ ਦੀ ਤਸਵੀਰਾਂ ਤਬਾਹੀ ਦੇ ਉਸ ਮੰਜ਼ਰ ਦੀ ਤਸਵੀਰਾਂ ਲਗਾਤਾਰ 10 ਘੰਟੇ ਮੀਂਹ ਪੈਂਦਾ ਆ ਫਸਲਾਂ ਡੁੱਬਦੀਆਂ ਨੇ ਪੂਰੇ ਪਿੰਡ ਦੀ ਜੇਕਰ ਗੱਲ ਕਰੀਏ ਤਾਂ ਸਾਰੇ ਪਿੰਡ ਦੇ ਵਿੱਚ ਹਾਲਾਤ ਇਹੀ ਨੇ ਨੇੜਲੇ ਢੇੜਲੇ ਪਿੰਡਾਂ ਦੇ ਵਿੱਚ ਹਾਲਾਤ ਇਹੀ ਨੇ ਪਰ ਇਸ ਪਿੰਡ ਦੇ ਵਿੱਚ ਹੱਦੋਂ ਵੱਧ ਜਿਹੜੀ ਹੈਗੀ ਆ ਉਹ ਤਬਾਹੀ ਹੋਈ ਆ ਫਸਲਾਂ ਬੀਜੀਆਂ ਬੀਜੀਆਂ ਹੋਈਆਂ ਸੀ ਪਰ ਹੁਣ ਕਿਸੇ ਤਰ੍ਹਾਂ ਦੀ ਕੋਈ ਆਸ ਜਿਹੜੀ ਆ ਉਹ ਨਹੀਂ ਦਿਸਦੀ ਪਿੰਡ ਦੇ ਪਿੰਡ ਵਾਸੀ ਜਿਹੜੇ ਆ ਸਾਡੇ ਨਾਲ ਹੋਣਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰੀ ਜਾਣਕਾਰੀ ਲੈਣ ਦੀ ਜਿਹੜੀ ਹੈਗੀ ਕੋਸ਼ਿਸ਼ ਕਰਾਂਗੇ ਬਾਈ ਜੀ ਕੀ ਨਾਮ ਹਰਵੰਦ ਸਿੰਘ ਜੀ ਜੀ ਇਹ ਕਿਵੇਂ ਦੇਖਦੇ ਹੋ ਆ ਆ ਜਿਹੜਾ ਮੰਜ਼ਰ ਤੁਹਾਡੇ ਪਿੰਡ ਦਾ ਬਹੁਤ ਹੀ ਬੁਰਾ ਹਾਲ ਆ ਜੀ ਕਿੰਨਾ ਕਿੰਨਾ ਕਿੰਨੀ ਕਿ ਤਬਾਹੀ ਹੋਈ ਹੈ ਕਿੰਨਾ ਕੁ तकरीबन ਸਾਰਾ ਏਰੀਆ ਹੀ ਖਤਮ ਆ ਜੀ ਕਿੰਨੇ ਕਿੰਨੇ ਕਿਲੇ ਹੋਣਗੇ ਤਕਰੀਬਨ ਹੋਣੇ ਆ 11200 ਕਿਲਾ ਹੋਊਗਾ ਪੂਰੇ ਪੂਰੇ ਪਿੰਡ ਪੂਰੇ ਬਣਦਾ ਜੀ ਹਾਲੇ ਤੱਕ ਕੋਈ ਅਧਿਕਾਰੀ ਪਹੁੰਚਿਆ ਨਹੀਂ ਜੀ ਹਾਲੇ ਤਾਂ ਕੋਈ ਅਧਿਕਾਰੀ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਜੀ ਤੁਹਾਡਾ ਕਿੰਨਾ ਸੀ ਸਾਡ 3 ਕਿੱਲੇ ਸਾਡੇ ਦਾ ਹੀ 3 ਕਿੱਲੇ ਹਾਂਜੀ ਚੋਨਾ ਚੋਨਾ ਜੀ ਹਾਂਜੀ ਹਾਂਜੀ ਕਿੰਨਾ ਜੀ ਬਹੁਤ ਏਰੀਆ ਦਾ ਬਹੁਤ ਨੁਕਸਾਨ ਹੋਇਆ ਜੀ ਹੂੰ ਹਦੋਂ ਵੱਧੀ ਆ ਬੇਹਦੀ ਆ ਕੋਈ ਪਾਣੀ ਦਾ ਵਿਕਾਸ ਨਹੀਂ ਕਿਸੇ ਪਾਸੇ ਵੀ ਸਾਰਾ ਦੂਰੋਂ ਦੂਰੋਂ ਪਾਣੀ ਆ ਕੇ ਸਾਰਾ ਮਤਲਵਾਂ ਪਿੰਡ ਚ ਖੜ ਰਿਹਾ ਜੀ ਚਾਰ ਛੇਰੇ ਫਸਲ ਦੀ ਸਾਰੀ ਦੀ ਤਬਾਹੀ ਹੋ ਚੁੱਕੀ ਹੈ ਹੂੰ ਕੁਝ ਬਚਿਆ ਕੁਝ ਜੇ ਚਲੋ ਠੀਕ ਕੁਝ ਤੁਹਾਨੂੰ ਕੋ ਦਿਂਦਾ ਬਚਾ ਹੀ ਤਾਂ ਵੇਖ ਲਓ ਸਾਨੂੰ ਤਾਂ ਕੋ ਦਿਂਦਾ ਨਹੀਂ ਅਸੀਂ ਤਾਂ ਆਸ ਟਾਈ ਬੈਠੇ ਹਾਂ ਜੀ ਕੁਝ ਨਹੀਂ। ਹਾਂ ਜੀ। ਪਾਣੀ ਦਾ ਵਕਾਸ ਹੀ ਨਹੀਂ ਗਈ। ਪਾਣੀ ਕਿਸੇ ਕਿਸੇ ਪਾਸੇ ਕਿਸੇ ਪਾਸੇ ਵੀ ਨਹੀਂ ਗਈ। ਮੌਕਾ ਦੇਖ ਲਓ ਚਾਰ ਚੁਫੇਰੇ ਘੁੰਮ ਕੇ। ਨਿਕਾਸੀ ਕਿਸੇ ਪਾਸੇ ਪਾਣੀ ਦੀ ਨਹੀਂ। ਹਾਂ ਜੀ। ਅੱਛਾ ਪ੍ਰਸ਼ਾਸਨਿਕ ਅਧਿਕਾਰੀ ਹੁਣ ਤੱਕ ਕੋਈ ਪਹੁੰਚਿਆ ਹੋਵੇ ਮੌਕਾ ਦੇਖਣ ਚਲੋ ਮੀਤਾ ਮੱਲਾ ਸ਼ਾਇਦ ਕੱਲ ਪਿਆ ਇਹ। ਹਾਂ ਜੀ ਕੱਲ ਹੀ ਪਿਆ ਜੀ। ਕਿੰਨਾ ਕਿੰਨਾ ਟਾਈਮ ਪੈਂਦਾ ਰਿਹਾ? ਸਾਰਾ ਦਿਨ ਹੀ ਪੈਂਦਾ ਰਿਹਾ ਮੀਤਾ ਜੀ। ਸਾਰਾ ਦਿਨ ਹੀ ਪੈਂਦਾ। ਹਾਂ ਜੀ। ਕੋਈ ਅਧਿਕਾਰੀ ਕੋਈ ਨਹੀਂ ਆਇਆ ਇੱਥੇ ਜੀ। ਤੇ ਇਹ ਤਾਂ ਅਜੇ ਤਾਂ ਮੀਤਾ ਫਿਰ ਹੋਰ ਵੀ ਦੱਸਿਆਂ ਦੇ ਜੋ ਹੋਰ ਆ ਗਏ ਮੱਲਾ ਇਹ ਤਾਂ ਬਚਣਾ ਹੀ ਕੁਝ ਨਹੀਂ। ਫਿਰ ਜਿਹ ਇਦੇ ਨਾਲ ਤਾਂ ਫਿਰ ਮੱਲਾ ਪਿੰਡ ਦੇ ਵਿੱਚ ਵੀ ਖਤਰਾ ਕੇ ਜੇ ਖੜਾ ਰਿਹਾ ਜਿਵੇਂ ਆ ਤਾਂ ਕਰਤਾ ਇਹ ਇਹ ਘਰੋਂ ਦਾ ਪੂਰਾ ਹੀ ਖਤਰਾ ਹੋ ਰਾ ਪਾਣੀ ਗੰਦਾ ਜਿਵੇਂ ਜਿਲਬਤ ਜੰਮੀ ਹੋਇਆ ਖੜਾ ਇਹਦਾ ਹੀ ਘਰਾਂ ਦਾ ਪਾਣੀ ਵੜੀ ਜਾਣਾ ਹੀ ਹੁਣ ਆਟੋਮੈਟਿਕ ਜਮਾਂ ਦੇ ਹੰਨੀਆਂ ਦੇ ਨਾਲ ਤਾਂ ਲੱਗਾ ਭਾਈ ਜੋ ਕੰਦਾ ਵੀ ਡਿੱਗੀ ਜਾਂਦੀਆਂ ਜੀ ਹੂੰ ਉਹ ਡਿੱਗੀ ਦਿਸਾਂ ਸਾਹਮਣੇ ਜੀ 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 ਭਾਈ ਜੀ ਭਾਈ ਜੀ ਆ ਵੇਖ ਲਓ ਆ ਘਰਾਂ ਦੇ ਵਿੱਚ ਵੜਿਆ ਪਿਆ ਪਾਣੀ ਆ ਨਾਲੋਂ ਕੰਦ ਡਿੱਗੀ ਪਈ ਥੋੜੇ ਸਾਹਮਣੇ ਵੇਖ ਲਓ ਜੀ ਉਹ ਨੁਕਸਾਨ ਹੋ ਰਿਹਾ ਕੋਈ ਨਿਕਾਸੀ ਹੋਵੇ ਪੈਣ ਦੀ ਤਾਂ ਸੌਖਾ ਜੀ ਜਿਹੜੀਆਂ ਪੁਲੀਆਂ ਉ ਪਹਿਲਾਂ ਨੱਪੀਆਂ ਵੀ ਆ ਉਹ ਜ਼ਿਮੀਂਦਾਰ ਅਗਲੇ ਖੇਤਾਂ ਵਾਲੇ ਖੋਲਣ ਨਹੀਂ ਦਿੰਦੇ ਜੇ ਖੋਲਣ ਦੇ ਦਿੰਦਾ ਪਾਣੀ ਨਾਲ ਦੀ ਨਾਲ ਰਾਹ ਬਣਾ ਕੇ ਨਿਕਲ ਜੇ ਹਾਲਾਂਕਿ ਵੱਡੀਆਂ ਨਹਿਰਾਂ ਥੱਲੋਂ ਦੀ ਸੈਫ ਹਰ ਨਾ ਪਿਆ ਉਹ ਖੁੱਲਾ ਕੋਈ ਦਿਨ ਇੱਕ ਦਿਨ ਹੀ ਪਰ ਜਿਹੜੇ ਅੱਗੇਲੇ ਪਾਸੇ ਖੇਤਾਂ ਵਾਲੇ ਆ ਸਾਡੇ ਮਿਰਜੇ ਗਾਂ ਦੇ ਸਾਈਡ ਤੇ ਜਾ ਕੇ ਵੇਖ ਲਓ ਉਧਰੋਂ ਵੀ ਪਾਸੇ ਖਾਲੀ ਆ ਬਾਣ ਕਿਸੇ ਅਧਿਕਾਰੀ ਤੱਕ ਗੱਲ ਹਲੇ ਤੱਕ ਪਹੁੰਚਾਈ ਕੋਈ ਨਹੀਂ ਕੋਈ ਅਧਿਕਾਰੀ ਨਹੀਂ ਪਹੁੰਚਿਆ ਜੀ ਕੋਈ ਨਹੀਂ ਪਹੁੰਚਿਆ ਨਹੀਂ ਜੀ ਕਿੰਨਾ ਥੋੜਾ ਕਿੰਨਾ ਬਾਈ ਮੇਰੇ ਕੋਲੇ 25 ਏਕੜ ਜਮੀਨ ਆਈ ਇੱਥੇ ਜੀ ਖੇਤੀ ਕਰਦੇ ਆ ਉਹ ਕੋਈ ਵੀ ਸਭ 5-5 ਫੁੱਟ ਪਾਣੀ ਫਿਰਦਾ ਮੇਰੇ ਛੀਦਾਂ ਜੀ ਰੋਡ ਤੇ ਪੈਲੀ ਆ ਨਾਲ ਹੋਰ ਡਾਕਟਰ ਕੀ ਕਈਆਂ ਘਰਾਂ ਦੀ ਆ ਆ ਭੋਲਾ ਇਹਨੇ ਵਿਚਾਰੇ 10-12 ਕੇ ਲਈ ਠੇਕੇ ਤੇ ਲਈ ਆ ਇਹ ਪੰਚਾਇਤ ਦੀ ਪੈਲੀ ਇਹਦੇ ਉੱਤੋਂ ਐ 4-4 ਫੁੱਟ ਸਣੀ ਮੰਡੀ ਤੇ ਪਾਣੀ ਚੜਿਆ ਪਿਆ ਤੁਸੀਂ ਤੁਸੀਂ ਲਈਏ ਜੀ ਥੋੜੀ ਨਹੀਂ ਇਹ ਭਾਈ ਨੇ ਤੁਹਾਡੀ ਹੈ ਜੀ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੇ ਪਤਰਕਾਰ ਜੀ ਸਭ ਤੋਂ ਪਹਿਲਾਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਪਿੰਡ ਆ ਚੁੱਕੇ ਆ ਕਿਉਂਕਿ ਹੋਰ ਕੋਈ ਪ੍ਰਸ਼ਾਸਨ ਪ੍ਰਸ਼ਾਸਨ ਦਾ ਬੰਦਾ ਅਜੇ ਤੱਕ ਕੋਈ ਨਹੀਂ ਬੋੜਿਆ ਕੱਲ੍ਹ ਦੀਆਂ ਆਪਣੇ ਬੱਚੇ ਜੋ ਸੀ ਆਪਣੇ YouTube ਤੇ ਆ ਜਾਂ Facebook ਤੇ ਖਬਰਾਂ ਚਲਾਈ ਜਾਂਦੇ ਪਰ ਕਿਸੇ ਨੇ ਆ ਕੇ ਸਾਰ ਨਹੀਂ ਲਈ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਪਿੰਡ ਲੋ ਚਲੋ ਆ ਤਾ ਗਏ ਕਿਉਂਕਿ ਤੁਹਾਡੇ ਰਾਈ ਜੋ ਵੀ ਆਪਣੇ ਗੱਲ ਗਾਂ ਚਲੀ ਜਾਂਦੀ ਆ ਤੇ ਚਲੋ ਅਸੀਂ ਤੁਸੀਂ ਸਾਡਾ ਸਹਾਰਾ ਬਣ ਕੇ ਪਿੰਡ 'ਚ ਪਹੁੰਚੇ ਆ ਤੁਸੀਂ 10 12 ਕਿੱਲੇ ਤੁਹਾਡੇ ਕੋਲ ਠੇਕੇ ਤੇ ਮੇਰੇ ਕੋਲੇ ਜੀ 24 25 ਕਿੱਲੇ ਵਾਂ ਠੇਕੇ ਤੇ ਆ ਜੀ ਜੋ ਕਿ ਬਹੁਤ ਹੀ ਮਹਿੰਗੇ ਭਾਅ ਦੇ ਰੱਖਿਆ 5-5000 ਰੁਪਏ ਹੁਣ ਲਵਾਈ ਦੇ ਚੁੱਕੇ ਆ ਤੇ ਇਸ ਤੋਂ ਬਾਅਦ ਵੇ ਲੋਕੀ ਮੁਸ਼ਕਲਾਂ ਖੜੀਆਂ ਬੱਚੇ ਇਤਰਾਸ ਤਰਾਸ ਘਰੇ ਘਰੀ ਜਾਂਦੇ ਆ ਕੋਈ ਕਹਿ ਦੀ ਸਾਰ ਨਹੀਂ ਸੁਣਦੇ ਆ ਪੁਲੀਆਂ ਬੰਦ ਕਰੀ ਬੈਠਾ ਜੀ ਮੈਂ ਕੁਛ ਮਰਜੀ ਕੀ ਮੇਰਾ ਵਾਹਣਾ ਠੇਕੇ ਤੇ ਲਿਆ ਆਵਿਆ ਚੱਲ ਕੇ ਮੇਰੇ ਨਾਲ ਦੇਖ ਲੋ ਮੌਕਾ ਕਿਸੇ ਦੇ ਵਾਹਣ ਚ ਪਾਣੀ ਨਹੀਂਗਾ ਜੀ ਪਰੰਤੂ ਸਾਡੇ ਪਿੰਡ ਚ ਪੁਲੀਆਂ ਬੰਦ ਕਰਕੇ ਸਾਡੀਆਂ ਅੱਡੋ ਅੱਡੀ ਜ਼ਿਮੀਂਦਾਰੀ ਜ਼ਿਮੀਂਦਾਰਾਂ ਨੂੰ ਪਤਾ ਨਹੀਂ ਕਾਦੋਂ ਨਹੀਂ ਪਾਣੀ ਨਗਾਉਣ ਦਿੰਦੇ ਕੇ ਅੰਦਰ ਪਤਾ ਨਹੀਂ ਇਹ ਗੱਲ ਦਾ ਚੱਕਰ ਕੀ ਹੈ ਜੀ ਮੈਂ ਖੁਦ ਮਰਜੀ ਦਾ ਹੁਣ ਤੁਰਿਆ ਮੇਰੇ ਨਾਲ ਹੁਣੇ ਚੱਲਦੇ ਰਹਨ ਚਾਰ ਬੰਦੇ ਕਿਸੇ ਦੇ ਵਾਹਣ ਚ ਪਾਣੀ ਨਹੀਂ ਉਹ ਬੰਦੇ ਆਪ ਦਾ ਬਾਲਨ ਫੂਕਣ ਬੰਦ ਕਰਕੇ ਸਭ ਪਾਣੀ ਗਾਂਮਸ਼ਾਂ ਕੱਢੀ ਜਾਂਦੇ ਆ ਪਰ ਸਾਡਾ ਪਾਣੀ ਇਹ ਰੁਕਿਆ ਹੀ ਖੜਾ ਜੀ ਇਹਦਾ ਕੋਈ ਨਿਕ ਉਡੇ 25 ਕਿੱਲਾਂ ਦੇ ਵਿੱਚੋਂ ਕੁਝ ਬਚਿਆ? ਨਾ ਜੀ ਐਂ ਡੁੱਬਿਆ ਪਿਆ ਸਾਰਾ ਜੀ। ਸਾਰਾ ਹੀ ਡੁੱਬਿਆ। ਹਾਂਜੀ ਹਾਂਜੀ। ਕਿੰਨਾ ਕਿੰਨਾ ਖਰਚਾ ਹੋ ਗਿਆ ਹੁਣ ਤੱਕ? ਖਰਚਾ ਹੀ 5-5 5-5000 ਰੁਪਇਆ ਲਵਾਈ ਦੇਈ ਬੈਠੇ ਆ ਜੀ। ਉੱਤੇ ਰਿਆਂ ਸਭ ਕਰੀ ਬੈਠਿਆਂ ਦਵਾਈਆਂ ਪਾਈ ਬੈਠਿਆਂ ਜੀ ਬਸੇਹਰਾ ਖਰਚਾ ਤਾਂ ਹੁਣ ਵੇਲੇ ਜੂ। ਸੁੱਕਣ ਦੀ ਆਸ ਉਸਤਾ ਨਹੀਂ ਹੋਣੀ ਕੋਈ। ਨਹੀਂ ਜੀ ਕੋਈ ਆਸ ਨਹੀਂ ਜੀ ਹੁਣ ਤਾਂ ਖਤਮ ਹੋ ਗਿਆ ਇਹ ਪਨੀਰੀਆਂ ਵੀ ਮਰ ਗਈਆਂ ਜਮੀਦਾਰਾਂ ਦੀਆਂ ਕੀ ਕਰਨਗੇ ਜੀ? ਤਰਾਸ ਤਰਾਸ ਬੱਚੇ ਜਿਹੜਾ ਵਿਚਾਰੇ ਤਰਾਸ ਤਰਾਸ ਕਰਦੇ ਜਿਹੜੇ ਸਾਡੇ ਜਵਾਕ ਆ ਜੀ। ਪਸ਼ੂਆਂ ਦਾ ਕਿਵੇਂ ਸਰਦਾ? ਪਸ਼ੂਆਂ ਦਾ ਜੀ ਲੋਕ ਹੀ ਪਸ਼ੂਆਂ ਨੂੰ ਇਹ ਬਿਮਾਰੀ ਆ ਜੀ ਜਿਹੜਾ ਆ ਆ ਜੋ ਖਤਮ ਆ ਜਗੜ ਜੀ ਸਾਰਾ ਹਾਂਜੀ ਕਿਵੇਂ ਜੀ ਕਿਵੇਂ ਬਾਜੀ ਇੱਕ ਦੋ ਦਿਨ ਚੱਲੂਗਾ ਜੀ ਪਸ਼ੂਆਂ ਦਾ ਵੀ ਕੰਮ ਹੂੰ ਸੁੱਕ ਜਾਣੇ ਪੱਠੇ ਪੱਠੇ ਸੁੱਕ ਜਾਣਗੇ ਹਾਂਜੀ ਕਿੰਨਾ ਕਿੰਨਾ ਮਾਣਾ ਤੁਹਾਡਾ 15 ਕਿੱਲਿਆਂ ਲਈ ਤੇ 15 ਕਿੱਲਿਆਂ ਚ ਕੁਝ ਬਚਿਆ ਨਹੀਂ ਜੀ ਪਨੀਰੀ ਸੀ 20 ਕਿੱਲਿਆਂ ਦੀ ਉਹ ਵੀ ਖਤਮ ਹੋ ਗਈ ਉਹ ਵੀ ਖਤਮ ਹੋ ਗਈ ਤੇ ਫਿਰ ਹੁਣ ਕਿਵੇਂ ਚੱਲੂ ਬਾਈ ਹੁਣ ਬਸ ਆਹੀ ਆਈ ਨਿਕਾਸੀ ਯਾਨੀ ਕਿਤੇ ਉਹ ਵੀ ਕਿਤੇ ਪਾਣੀ ਦੀ ਪਾਣੀ ਨਿਕਲ ਆ ਸਾਰਾ 400 500 ਏਕੜ ਸਾਰਾ ਇੱਕ ਬਰਾਬਰ ਸਾਰਾ ਇੱਕ ਬਰਾਬਰ ਹੂੰ ਔਰ ਕੋਈ ਹੈ ਸਾਧਨ ਕੇ ਕੱਲਿਏ ਆਪ ਕਮਾਈਏ ਦੇ ਤੋ ਜਾਂ ਖੇਤੀਬਾੜੀ 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 ਨਾ ਸਾੜੀ ਹਾਂਜੀ ਖੇਤੀਬਾੜੀ ਤੋਂ ਬਿਨਾ ਕੋਈ ਸਾ ਕਿਸੇ ਦਾ ਕੋਈ ਸਾਧਨ ਨਹੀਂ ਸਭ ਖੇਤੀਬਾੜੀ ਵਾਲੇ ਜੀ ਇਹਦੀ ਆਪ ਸੁੱਕਣ ਦੀ ਹੈਗੀ ਮੁਸ਼ਕਲ ਵੀਰ ਜੀ ਜਿੰਨਾ ਚ ਕੋਈ ਪਾਣੀ ਦਾ ਨਿਕਾਸ ਹੀ ਨਹੀਂ ਸੁੱਕ ਕਿੱਥੇ ਜਾਓ ਚਾਰ ਚਾਰ ਫੁੱਟ ਪਾਣੀ ਵਿੱਚ ਵੜ ਕੇ ਉਕਾਰਨਾ ਤੇ ਜੋ ਸੁੱਕਣ ਦਾ ਤਾਂ ਆਸ ਤਾਂ ਆਈ ਜੇ ਕੋਈ ਪਾਸੇ ਪਾਣੀ ਨਿਕਲੂ ਉਤੋਂ ਫੇਰ ਰੱਬ ਦੇ ਕਹਿਰ ਬਣਿਆ ਖੜਾਈ ਤੇ ਜੇ ਸੁੱਕ ਗਿਆ ਫਿਰ ਉਦੋਂ ਬਾਅਦ ਵੀ ਮੇਰੇ ਕੋਈ ਉਦੋਂ ਬਾਅਦ ਬਾਈ ਜੀ ਹੁਣ ਮੇਰੇ ਕੋਲ ਤਿੰਨ ਕਰਾਂ ਆਪਣੀਰੀ ਬੀਜੀ ਸੀ ਉਹਦੇ ਉੱਤੋਂ ਦੀ ਚਾਰ ਚਾਰ ਫੁੱਟ ਯੋਛਾ ਬੀਜੋ ਨਾ ਲਾਉਣਾ ਸੀ ਮੈਂ ਪਾਸੇ ਠੇਕੇ ਤੇ ਜ਼ਮੀਨ ਰੱਖੀ ਹੋਈ ਆ ਤੇ ਉੱਥੇ ਵੀ ਡੁੱਬਿਆ ਪਿਆ ਜਾ ਹਕੂਰ ਸਿੰਘ ਵਾਲਾ ਮੇਰੇ ਕੋਲ ਪੈਲੀ ਆ ਉੱਥੇ ਵੀ ਚਾਰ-ਚਾਰ ਫੁੱਟ ਪਾਣੀ ਫਿਰਦਾ ਪਣੀਰੀ ਵੇਚਣ ਦੀ ਕੋਈ ਆਸ ਹੀ ਨਹੀਂ ਰਹੀ ਹੁਣ ਕਿੰਨੀਆਂ ਬਾਪੂਆਂ ਸੀ ਤੁਹਾਡੀ ਆਪਣੇ 7-8 ਕਿੱਲੇ ਤੇ ਕੀ ਬਚਿਆ ਕੁਝ ਬਚਿਆ ਸਾਰਾ ਡੁੱਬਿਆ ਪਿਆ ਸਦਾ ਜੀ 7-8 ਕਿੱਲਿਆਂ ਦੇ ਵਿੱਚੋਂ ਕੱਖ ਵੀ ਨਹੀਂ ਬਚਿਆ ਨਹੀਂ ਨਹੀਂ ਕਿਵੇਂ ਚੱਲੂ ਫਿਰ ਕੰਮ ਹੁਣ ਆਏ ਆ ਜਿਵੇਂ ਲੋਕਾਂ ਨਾਲ ਆਈ ਉਮੀਦ ਲੂ ਤੇ ਪਸ਼ੂਆਂ ਦਾ ਕਿਵੇਂ ਸਰੂ ਫਰ ਪਸ਼ੂਆਂ ਦਾ ਵੀ ਐ ਹੀ ਆ ਲੋਕਾਂ ਨਾਲੀਆਂ ਜਿਹੜੇ ਲੋਕ ਹੋ ਜਾਂਦੇ ਆ ਇੱਥੇ ਮੈਨੂੰ ਤਾਂ ਦੀਂਦਾ ਨਹੀਂ ਜਿੰਨਾ ਕਹ ਪਾਣੀ ਉੱਤੇ ਇੱਥੇ ਕੋਈ ਬਾਣ ਵਿਹਲਾ ਵੀ ਸੀਗੇ ਸਾਰੇ ਝੋਨਾ ਸੀ तकरीबन ਲੱਗਾ ਸੀਗਾ ਸਾਰਾ ਲੱਗਾ ਸੀਗਾ ਇਹ ਸਾਰਾ ਸਾਰਾ ਝੋਨਾ ਹਾਂਜੀ 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 ਇਹਨਾਂ ਨੇ ਬੂਟਾ ਮਾਰਿਆ ਝੋਨਾ ਹਾਂਜੀ ਇਹਨਾਂ ਨੇ ਬੂਟਾ ਮਾਰਿਆ ਝੋਨਾ ਦਾ ਹਾਂ ਝੋਨੇ ਨੇ ਹਾਂਜੀ ਇੱਥੇ ਆ ਸਾਰਾ ਝੋਨਾ ਇਹਨਾਂ ਨੇ ਬੂਟਾ ਮਾਰਿਆ ਵਾ ਦੋ ਦੋ ਵਾਰੀ ਨੇ ਭਾਈ ਬਟੇ ਦੋ ਦੋ ਵਾਰੀ ਭਾਜੁੱਕੇ ਸੀਗੇ ਦੋ 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 ਵਾਰੀ ਅਸੀਂ ਝੋਨੇ ਤੇ ਰਹਿ ਪਾਤੀ ਆਈ ਕਿੰਨਾ ਕਿੰਨਾ ਖਰਚ ਹੋ ਗਿਆ ਖਰਚਾ ਘੱਟੋ ਘੱਟ ਵੀ ਅਸੀਂ 4500 ਰੁਪਿਆ ਦਾ ਲਵਾਈ ਦਿੱਤੀ ਆਈ ਤੇ 5000 ਆ 5500 ਰੁਪਿਆ ਝੋਨੇ ਦੇ ਉੱਪਰ ਖਰਚਾ ਕਰੀ ਬੈਠੇ ਆ ਕੋਸ ਪਹਿਲੀ ਠੇਕੇ ਤੇ ਲਈ ਆ ਉਹ ਵੀ ਠੇਕਾਤਾਰੀ ਬੈਠੇ ਆ 40 40 5000 ਰੁਪਿਆ ਅਸੀਂ ਕਿੱਲੇ ਮਗਰ ਖਰਚਾ ਕਰੀ ਬੈਠੇ ਆ ਕਰੀ ਬੈਠੇ ਆ ਹਾਂ ਜੀ ਹੁਣ ਤਾਂ ਕੋਈ ਆਸ ਹੁਣ ਕੋਈ ਆਸ ਨਹੀਂ ਸਾਨੂੰ ਬਿਲਕੁਲ ਕੋਈ ਜਮਾਂ ਖਤਮ ਆ ਸਾਡੀ ਕਹਾਣੀ ਹਾਂ ਇਹ ਇਹ ਪਹਿਲਾਂ ਵੀ ਤੁਹਾਡੇ ਆਈ ਹੁੰਦਾ ਕਿ ਨਹੀਂ ਕਿ ਪਹਿਲੀ ਵਾਰੀ ਨਹੀਂ ਸਾਡੇ ਇੱਥੇ ਪਹਿਲੀ ਵਾਰੀ ਹੋਇਆ ਸਾਡੀ ਦੂਸਰੀ ਸਾਈਡ ਤੇ ਕਈ ਵਾਰੀ ਪਾਣੀ ਆਇਆ ਵਾ ਉਥਰੋਂ ਪਾਣੀ ਲੰਘ ਜਾਂਦਾ ਵਾ ਪਰ ਇਹ ਇੰਨਾ ਜ਼ਿਆਦਾ ਨੁਕਸਾਨ ਸਾਡੇ ਐਰ ਕੀ ਸਾਡੀ ਉਮਰ ਦੇ ਵਿੱਚ ਸਾਨੂੰ ਪਹਿਲੀ ਵਾਰੀ ਦੇਖਣ ਨੂੰ ਮਿਲ ਰਿਹਾ ਜਦੋਂ ਜਦੋਂ ਇਹ ਮੀਂਹ ਪੈਂਦਾ ਸੀ ਉਸ ਤੋਂ ਖੜਨ ਲੱਗੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਤਾਂ ਗੱਲ ਤਾਂ ਪੰਚਾਈ ਹੋਣੀ ਆ ਕਿ ਭਾਈ ਆਹ ਹਾਲ ਹੋਈ ਜਾਂਦਾ ਦੇਖ ਲਓ ਕੁਛ ਨਾ ਕੁਛ ਕਰਦੇ ਐ ਭਾਈ ਕੱਲ ਸਾਰੀ ਦਿਹਾੜੀ ਮੀਂਹ ਪਈ ਗਿਆ ਸਵੇਰ 4:30 ਵਜੇ ਦਾ ਮੀਂਹ ਪੈਣ ਲੱਗਾ ਸ਼ਾਮ ਨੂੰ 4 ਵਜੇ ਮੀਂਹ ਹਟਿਆਈ ਸਾਰੀ ਦਿਹਾੜੀ ਇੱਥੇ ਵਾਟਾਂ-ਵਾਟਾਂ ਬਣਦੇ ਰਹੇ ਅਸੀਂ 1:30 ਵਜੇ ਖੇਤੋਂ ਗਏ ਆ ਜਦੋਂ ਜ਼ਿਆਦਾ ਮੀਂਹ ਓਵਰ ਹੋ ਓਵਰੀ ਹੋ ਗਿਆ ਪਾਣੀ ਫਿਰ ਅਸੀਂ ਵੀ ਘਰਾਂ ਨੂੰ ਆਪ ਦੀ ਆਸ ਛੱਡ ਕੇ ਤੁਰ ਗਏ ਆ ਸ਼ਾਮ ਨੂੰ ਆ ਕੇ ਵੇਖਿਆ ਤੇ ਸਾਰੇ ਸਾਡਾ ਮਨ ਬਹੁਤ ਆਸਮੀਦਾਂ ਬਹੁਤ ਹੁੰਦੀ ਆ ਬਾਈ ਵੀ ਝੋਨਾ ਲੈ ਤੀ ਝੋਨਾ ਉਹਦਾ ਕੁਝ ਕਰਾਂਗੇ ਆ ਕੁਝ ਕਰਾਂਗੇ ਜੀ ਬਿਲਕੁਲ ਬਹੁਤ ਆਸਮੀਦਾਂ ਹੁੰਦੀਆਂ ਜ਼ਿਮੀਦਾਰ ਨੂੰ ਇਸੇ ਝੋਨੇ ਤੇ ਹੀ ਆਸ ਹੈ ਜੀ ਫਸਲ ਤੇ ਹੀ ਆਸ ਹੁੰਦੀ ਆ ਕਣਕ ਝੋਨੇ ਤੇ ਹੀ ਆ ਜਦੋਂ ਕਣਕ ਝੋਨਾ ਜਾਂ ਕੋਈ ਵੀ ਫਸਲ ਸਾਡੀ ਮਰ ਜਾਂਦੀ ਆ ਤੇ ਫਿਰ ਸਾਡੀਆਂ ਤਾਂ ਆਸਾਂ ਤੇ ਪਾਣੀ ਫਿਰ ਜਾਂਦਾ ਜੀ ਉਦੋਂ ਉਮੀਦਾਂ ਟੁੱਟੇ ਇਹ ਵੀ ਆ ਅੱਜ ਹੁਣ ਟਾਈਮ ਇਹ ਜਾ ਹਰੇ ਕੋਲੇ ਮਿਲਾਂ ਕਰਜਾਈ ਹਰੇ ਕੀ ਆ ਬਿਲਕੁਲ ਜੀ ਹਰ ਇੱਕ ਕੋਲੇ ਸਾਡਾ ਧੰਦਾ ਹੀ ਇੰਨਾ ਕਾ ਹੀ ਕੋਈ ਜ਼ਿਆਦਾ ਪ੍ਰੋਫਿਟ ਸਾਨੂੰ ਹੈ ਨਹੀਂ ਇਸ ਚੀਜ਼ ਦੇ ਵਿੱਚ ਸਾਡੀ ਆਈ ਚਲਾਈ ਮਸਾਂ ਚੱਲਦੀ ਆ ਤੇ ਕੋਈ ਜ਼ਿਆਦਾ ਹੈ ਨਹੀਂ ਸਾਨੂੰ ਜ ਸੱਤ ਕਿਲੇ ਕੀ ਮਾਰਗੇ ਝੋਲਾ ਸਾਰਾ ਹੀ ਤੇ ਕੁਝ ਬਚਿਆ ਨਹੀਂ ਜੀ ਕੁਝ ਵੀ ਨਹੀਂ ਬਚਿਆ ਕਿਵੇਂ ਚੱਲੂ ਫਿਰ ਕੰਮ ਬਸ ਆਈਆਂ ਲੋਕਾਂ ਦੇ ਨਾਲ ਹੀ ਨਾਲ ਹੀ ਆ ਹਾਂਜੀ ਤੇ ਪਸ਼ੂ ਪਸ਼ੂ ਹੈ ਨਹੀਂ ਇੱਕ ਅੱਧਾ ਹੀ ਆ ਬਸ ਉਹ ਵੀ ਵਿਚਾਰੀ ਭੁੱਖੀ ਖੜੀ ਆ ਉਹ ਵੀ ਭੁੱਖੀ ਖੜੀ ਆ ਹਾਂ ਪੱਟੇ ਤਾਂ ਵੱਡੇ ਨਹੀਂ ਜਾਂਦੇ ਹਾਂ ਕਿੰਨੇ ਆ ਬਾਈ ਪੰਜ ਕਿਲੇ ਆ ਜੀ ਇਹ ਪਿੰਡ ਲੋਹਾਮ ਆ ਜਿਹੜਾ ਕਿ ਦਿਹਰਤੀ ਇਲਾਕਾ ਹਮ ਰਜੀਸ਼ ਦਈਆ ਜੀ ਇੱਥੇ ਐਮਐਲਏ ਸਾਹਿਬ ਹਨ ਅਤੇ 2 ਦਿਨ ਹੋ ਗਏ ਆ ਤਕਰੀਬਨ 20 ਪਏ ਨੂੰ ਅਜੇ ਤੱਕ ਉਹ ਉਹਨਾਂ ਨੇ ਗੇੜਾ ਨਹੀਂ ਮਾਰਿਆ ਨਾ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਸੋ ਪਿੰਡ ਲੋਹਾਮ ਦੀ ਤਕਰੀਬਨ 100% ਹੀ ਫਸਲ ਤਬਾਹ ਹੋ ਚੁੱਕੀ ਆ ਇਸ ਵਾਸਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਜਲਦੀ ਜਲਦੀ ਇਸ ਪਾਣੀ ਦਾ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਬਹੁਤ ਵਧੀਆ ਗੱਲ ਹੈ ਇਸ ਨਹੀਂ ਤਾਂ ਅਸੀਂ ਇਸ ਦੇ ਸਬੰਧ ਵਿੱਚ ਅਸੀਂ ਵੱਡੇ ਪੱਧਰ ਤੇ ਧਰਨੇ ਲਾਵਾਂਗੇ ਤੋਂ ਕਿਰਪਾ ਕਰਕੇ ਸਾਡੇ ਪਿੰਡ ਲੋਹਾਮ ਦੀ ਸਾਰ ਲਈ ਜਾਵੇ ਸਾਡੇ ਲੋਹਾਮ ਪਿੰਡ ਦੇ ਲੋਕ ਬਹੁਤ ਔਖੇ ਹਨ ਇਸ ਵਾਸਤੇ ਸੀ ਪ੍ਰਸ਼ਾਸਨ ਨੂੰ ਤੇ ਆਪਣੇ ਐਮਐਲਏ ਸਾਹਿਬ ਨੂੰ ਲਈਆ ਸਾਹਿਬ ਨੂੰ ਆਣੇ ਵੀ ਤੁਸੀਂ ਸਾਡੇ ਪਿੰਡ ਵੀ ਚਾਓ ਤੇ ਮੌਕਾ ਵੇਖੋ ਜੀ ਕਿੰਨੇ ਕਿੰਨੇ ਕਿਲੇ ਬਾਪੂ ਜੀ ਕਿੰਨੇ ਆ ਮੇਰੇ ਚਾਰ ਕਿਲੇ ਤੇ ਕੁਝ ਨਹੀਂ ਚਾਰ ਕਿਲੇ ਬਹੁਤ ਹੁੰਦੇ ਆ ਕੁਝ ਬਚਿਆ ਨਹੀਂ ਭਾਜੀ ਕੁਝ ਵੀ ਨਹੀਂ ਬਚਿਆ ਤੇ ਕਿੰਨਾ ਬਾਣ ਆ ਬਾਈ ਸੱਤ ਕਿਲੇ ਜੀ ਸੱਤ ਚੋਂ ਕੀ ਬਚਿਆ ਕੁਝ ਨਹੀਂ ਬਚਿਆ ਜੀ ਕੁਝ ਵੀ ਨਹੀਂ ਬਚਿਆ ਕਿਵੇਂ ਚੱਲੂ ਕੰਮ ਫਿਰ ਕੰਮ ਕਾ ਚੱਲ ਨਹੀਂ ਬਸ ਖਤਮ ਆਇ ਕਿੱਤੀ ਬਾੜੀ ਤੇ ਹਾਂ ਖੇਤੀ ਬਾੜੀ ਖੇਤੀ ਬਾੜੀ ਜੀ ਕੱਲਾ ਖੇਤੀ ਬਾੜੀ ਖੇਤੀ ਬਾੜੀ ਜੀ ਬਾਈ ਥੋੜਾ ਤਾਂ ਮਲਾ ਘਰ ਵੀ ਵੇਚ ਆ ਗਿਆ ਹਾਂ ਜੀ ਮੇਰਾ ਤਾਂ ਘਰ ਵੀ ਵਿੱਚ ਆਏ ਵਿੱਚ ਹੈ ਵੀ ਨਹੀਂ ਨਾਂਗਾ ਵੀ ਨਹੀਂ ਜਵਾਗ ਵੀ ਨਿੱਕੇ ਨਿੱਕੇ ਆਈ ਮੇਰਾ ਤਾਂ ਜਿੰਨੇ ਸੱਪ ਸੂਏ ਸਾਰੇ ਭੈਣਾ ਘਰੇ ਬੜੇ ਫਿਰਦੇ ਆਈ ਅੱਛਾ ਹਾਂਜੀ ਸਾਰੇ ਪਹੁੰਚਿਆ ਕੋਈ ਹੁਣ ਤੱਕ ਬੋੜਿਆ ਨਹੀਂ ਜੀ ਕੋਈ ਨਹੀਂ ਆਇਆ ਇਹ ਤਾਂ ਫਿਰ ਜੇ ਪਾਣੀ ਖੜਾ ਰਿਹਾ ਬਾਈ ਇਹ ਤਾਂ ਮਿੱਤੇ ਤਾਂ ਚਾਂਸੇ ਤੇ ਵੀ ਨਹੀਂ ਖਤਮ ਹੋਣ ਦੇ ਚਾਂਸ ਹੁਣ ਨੀਆਂ ਤੇ ਕਰ ਪਾਣੀ ਲੱਗ ਗਿਆ ਸਾਰੇ ਜੀ ਪਾਸੇ ਮਿੱਟੀ ਵੀ ਹੈਣੀ ਉਨੀ ਲੱਗੀ ਗਈ ਬਾਣ ਸਾਰੇ ਨੀਵੇਂ ਆਈ ਮੇਰਾ ਤਾਂ ਕੰਦਾ ਡਿੱਗਣ ਵਾਲਾ ਕੰਮ ਹੋਇਆ ਖੜਾ ਹੈ ਮੇਰਾ ਤਾਂ ਹੋਰ ਕੋਈ ਸਾਧਨ ਵੀ ਨਹੀਂ ਕਿਲਾ ਡੇਢ ਗੱਲਾ ਪੈੜੀ ਦਾ ਉਹ ਵੀ ਠੇਕੇ ਤੇ ਹੈ ਕਿਲਾ ਡੈਡ ਕੋ ਲੋ ਵੀ ਠੀਕ ਕੀਤਾ ਹਾਂਜੀ ਉਹ ਵੀ ਠੀਕ ਕੀਤਾ ਪਤਾ ਕਿ ਉਹ ਵੀ ਖਤਮ ਨਹੀਂ ਜੋ ਸਾਰਾ ਖਤਮ ਉਹ ਵੀ ਖਤਮ ਹੋ ਗਿਆ ਖਤਮ ਸਾਰਾ ਹੂੰ ਕਿੰਨਾ ਬਾਈ ਪੰਜ ਕਿਲੇ ਬਾਈ ਜੀ ਤੇ ਪੰਜ ਲੋਕ ਹੀ ਬਚਿਆ ਕੁਛ ਨਹੀਂ ਬਚਿਆ ਪੱਠੇ ਵੀ ਨਹੀਂ ਬਚੇ ਪੱਠੇ ਵੀ ਨਹੀਂ ਬਚੇ ਉਹ ਵੀ ਡੱਬੇ ਲਾਉ ਕਰ ਲੈਣੇ ਆ ਜੀ ਬਾਗ ਜੀ ਫਿਰ ਕਿਵੇਂ ਸਰੂ ਮੱਜਾਂ ਦਾ ਬਾਈ ਬਸ ਆਏ ਲੋਕਾਂ ਦੇ ਨਾਲ ਹੀ ਹੈ ਬਾਈ ਆਈ ਸਰੂ ਹੈ ਆ ਆਇਆ ਕੋਈ ਹਿੱਤਕ ਬੌੜਿਆ ਨਹੀਂ ਕੋਈ ਨਹੀਂ ਆਏ ਹਾਂਜੀ ਕਿੰਨਾ ਜੀ ਤੁਹਾਡਾ ਇਹ ਹੋਏ ਮੇਰਾ ਪਤੀ ਜੀ ਇਹ ਹੋਏ ਉਹਨਾਂ ਹੀ ਆ ਅੱਛਾ ਜਿੰਨਾਂ ਨੇ ਦੱਸਤਾ ਹੂੰ ਪੱਠੇ ਪੁੱਠਾ ਨਹੀਂ ਮਰ ਗਿਆ ਪਹੂ ਕੱਲ ਨੂੰ ਰਿਸ਼ਤੇਦਾਰੀ ਚ ਘੱਲਣੇ ਦੋ ਮੱਝਾਂ ਹੋ ਰਿਸ਼ਤੇਦਾਰੀ ਚ ਘੱਲਣੀਆਂ ਰਿਸ਼ਤੇਦਾਰ ਭੇਜ ਦੋਗੇ ਹੋਰ ਜੋ ਪੱਠੇ ਉਹਨਾਂ ਨੂੰ ਕਿੱਥੋਂ ਪਾਈਏ ਚਲ ਪਹੂ ਦਾ ਬਾਜੂ ਹਾਂ ਉਹ ਤਾਂ ਨਾ ਭੁੱਖੇ ਮਰਨਗੇ ਆਪਦੀ ਸੁਰਤ ਚ ਪਹਿਲਾਂ ਇਹੋ ਜਿਹਾ ਕਿਤੇ ਤਵਾਹੀ ਦੇਖੀ ਸੀ ਵੇਖੇ 14 ਸਾਲ ਪਹਿਲਾਂ ਸੀ ਉਦੋਂ ਹੋਈ ਸੀ ਹਾਂ 14 ਸਾਲ ਇਹਨੇ ਤਾਂ ਇਹਨੇ ਤਾਂ ਮਨੋਲਾ ਜੇ ਆ ਆ 15ਵਾਂ ਸਾਲ ਤੋਂ ਹੋਈ ਆ 14 ਸਾਲ ਅੱਗੇ ਵੇਖੀ ਸੀ ਹੂੰ ਇਹਨੇ ਤਾਂ ਮੱਲਾ 5-4 ਸਾਲ ਪਿੱਛੇ ਕਰਤੇ ਬਹੁਤ ਸਾਲਾਂ ਤੋਂ ਹੋਈ ਆ ਤਾਂ ਜੀ ਬਹੁਤ ਸਾਲਾਂ ਤੋਂ ਆਇਆ ਪਾਣੀ ਨਾ ਮੈਂ ਇਹ ਨੁਕਸਾਨ ਦਾ ਫਿਰ ਪਿੱਛੇ ਮਾਰੂ ਪੰਜ ਚਾਰ ਸਾਲ ਦਾ ਨੁਕਸਾਨ ਨੂੰ ਇਹ ਤਾਂ ਦੇਖਦਾ ਹੀ ਹੈ ਜੀ ਹਾਂ ਹਾਂ ਜੀ ਬਹੁਤ ਕਣ ਕੰਮ ਨਹੀਂ ਬੀਜੀਆਂ ਜਾਣੀਆਂ ਆਇਆ ਰਿਆ ਤਾਂ ਅੱਛਾ ਹੂੰ ਹੂੰ ਬੁਰਾ ਹਾਲੀਆ ਕੁੱਲ ਕਿ ਕਿੰਨਾ ਜੀ ਕੁੱਲ ਬਾਈ ਪੂਰੇ ਪਿੰਡ ਦਾ ਸੋਡਾ ਕਿੰਨਾ ਏਰੀਆਗਾ ਕਿੰਨਾ ਰਕਬਾ ਜਿਹੜਾ ਇਹ ਹਾਂ ਜੀ 1800 ਹੈ ਹਾਂ ਜੀ 1800 1800 ਏਰੀਆ 1800 ਦੇ ਵਿੱਚੋਂ ਕੁਝ ਬਚਿਆ ਮੜਾ ਮੋਟਾ ਪੰਜ 400 ਬਚਿਆ ਹੋਊਗਾ ਬਈ 1000 ਕਿੱਲਾ ਸਿੱਧਾ ਤਬਾਹੀ ਹੈ ਹਾਂ ਸੋਡਾ ਕਿੰਨਾ ਬਾਈ ਜੀ ਸਾਡਾ 12 ਕਿੱਲੇ ਆਈ ਤੇ 12 ਕਿੱਲਾਂ ਚੋਂ ਕੁਝ ਬਚਤ ਕੋਹ ਨਹੀਂ ਬਚਿਆ ਜੀ ਸਰਦਾ ਸਰ ਸਾਡੇ ਤਾਂ ਇਦੋਂ ਵੀ ਜ਼ਿਆਦਾ ਪਾਣੀ ਖੜਾ ਹੈ ਉਧਰ ਜਾਣਾ ਜੇ ਤੁਸੀਂ ਅਜਿਹਾ ਇਦੋਂ ਵੀ ਜ਼ਿਆਦਾ ਖੜਾ ਹੈ ਨਾ ਤੁਸੀਂ ਵੇਖ ਲੈ ਇਹਦੇ ਫਿਰ ਇਹਦੇ ਕੋਈ ਚਾਂਸ ਇਹਦੇ ਨਿਕਾਸ ਦਾ ਇਹ ਤਾਂ ਬਾਈ ਜੀ 5-7 ਦਿਨਾਂ ਇਦੋਂ ਬਾਅਦ ਟਾਈਫਾਇਡ ਮਲੇਰੀਆ ਹੈ ਜਾ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਫੈਲਣੀਆਂ ਇਹਦਾ ਪਕਲਾ ਇਹੇ ਲਾਲਿਆ ਵੀ ਆਪਣੀ ਫਸਲ ਖਰਾਬ ਹੋਈ ਆ ਇਹ ਤਾਂ ਮਹਾਮਾਰੀ ਫੈਲਣ ਵਾਲਾ ਕੰਮ ਆ ਜਿਹੜਾ ਲਾਊਗਾ ਉਹਦੇ ਚਮੜੀ ਰੋਗ ਹੋਣਗੇ ਜਿਹੜਾ ਨੰਗੂਗਾ ਜਿਹੜੇ ਜਵਾਕ ਉਹਨੂੰ ਟਾਈਫਾਇਡ ਵੀ ਉਹ ਹੈਜਾ ਵੀ ਉਹ ਮਲੇਰੀਆ ਵੀ ਉਹ ਤੇ ਇਹ ਤਾਂ ਮੇਲਾ ਛੋਟਾ ਸਾਰਾ ਪਿੰਡ ਘਿਰਿਆ ਹੋਇਆ ਪਾਣੀ ਸਾਡਾ ਜੀ ਅੱਧਾ ਕਿਲੋਮੀਟਰ ਤੋਂ ਲਾ ਕੇ 1.5 ਕਿਲੋਮੀਟਰ ਰਾਉਂਡ ਰਾਉਂਡ ਲਾਲ ਗਏ ਅੱਧਾ ਇੱਕ ਸਰਕਲ ਦੇ ਵਿੱਚ ਅੱਧਾ ਕਿਲੋਮੀਟਰ ਤੋਂ 1.5 ਕਿਲੋਮੀਟਰ ਦੇ ਵਿੱਚ ਵਿੱਚ ਆਸੇ ਪਾਸੇ ਸਾਰਾ ਡੁੱਬਿਆ ਹਲੇ ਤਾਂ ਕੋਈ ਆਇਆ ਪ੍ਰਸ਼ਾਸਨ ਕੋਈ ਨਹੀਂ ਆਇਆ ਵੀਰ ਜੀ ਕੋਈ ਵੀ ਨਹੀਂ ਹੈ ਨਹੀਂ ਜੀ ਫਿਰ ਇਹ ਹੋਏ ਹੁਣ ਕਿਵੇਂ ਚੱਲੂ ਕਿਉਂਕਿ ਕੋਈ ਆ ਵੀ ਗਿਆ ਹੀ ਤੇ ਉਹਨਾਂ ਨੇ ਮਿੱਠੇ ਪਕੌੜੇ ਦੇ ਕੇ ਤੁਰ ਜਾਣਾ ਮੇਜੀ ਕਰਦੇ ਆਂਗੇ ਕਰਦੇ ਆਂਗੇ ਕਰਨਾ ਕਿਹੇ ਨਹੀਂਗਾ ਸਾਡੇ ਤਾਂ ਇੱਧਰ ਤਾਂ ਚਲੋ ਐਦਕੀ ਪਹਿਲੀ ਵਾਰ ਹੀ ਆਇਆ ਸਾਡੇ ਤਾਂ ਉਧਰ ਤਾਂ ਦੂਜੇ ਤੀਜੇ ਸਾਲ ਹੀ ਆਉਂਦਾ ਤੇ ਕਿਸੇ ਨੇ ਕਦੇ ਬਾਤ ਨਹੀਂ ਸੁਣੀ ਨਹੀਂ ਇਹ ਤਾਂ ਕਹਿੰਦੇ ਦੂਜੇ ਇਹ ਤਾਂ ਆਮ ਆਪ ਆਮ ਆਦਮੀ ਵਾਲੇ ਆ ਕਹਿੰਦੇ ਇਸ ਤਾਂ ਕਰ ਦਿੰਨੇ ਆ ਨਹੀਂ ਭਾਈ ਜੀ ਆਮ ਆਦਮੀ ਵਾਲੇ ਸਾਰੇ ਪਿੰਡ ਦੇ ਵਿੱਚੋਂ ਮੇਰੀ ਫਸਲ ਦਾ ਖਰਾਬਾ ਲੈ ਕੇ ਲੈ ਕੇ ਗਏ ਹੀ ਕਣਕ ਦਾ ਵੀ 70% ਤੇਰਾ ਖਰਾਬਾ ਹੋਇਆ ਸਾਰੇ ਪਿੰਡ ਚੋਂ ਕਿਸੇ ਦੀ ਫਸਲ ਨਹੀਂ ਲਿਖੀ ਸਾਡੀ ਕੱਲਿਆਂ ਦੀ ਲਿਖੇ 12 ਗੱਲੇ 1 ਰੁਪਈਆ ਨਹੀਂ ਦਿੱਤਾ ਬਾਈ ਉਹਨਾਂ ਨੇ ਅੱਛਾ ਦਿੱਤੇ ਉਹ ਵੀ ਨਹੀਂ ਪੈਸੇ ਆਏ 1 ਰੁਪਈਆ ਵੀ ਨਹੀਂ ਦਿੱਤਾ ਸਾਰੇ ਪਿੰਡ ਚੋਂ ਸਾਡਾ ਮਿਥਾਨ ਹੀ ਵਾਂ ਸੀਗਾ ਪਾਣੀ ਖੜ ਗਿਆ ਮੀਂਹ ਦੇ ਨਾਲ ਕਣਕ ਵੀ ਖਤਮ ਹੋ ਗਈ ਤੂੜੀ ਵੀ ਨਹੀਂ ਬਣੀ ਹਾਂ 12 ਕੱਲਿਆਂ 'ਚੋਂ ਸਾਰੇ ਪਿੰਡ 'ਚੋਂ ਇੱਕੋ ਅਵਸਰ ਆਇਆ ਸੀ ਇੱਕ ਪਟਵਾਰੀ ਸੀਗਾ ਨਾਲ ਹਾਂ ਉਹਨੇ ਕੱਲਿਆਂ ਸਾਡਾ ਖਰਾਬਾ ਲਿਖਿਆ ਹੀ ਗਿਆ 1 ਰੁਪਈਆ ਵੀ ਨਹੀਂ ਦਿੱਤਾ ਉਹਨਾਂ ਨੇ ਤੇ ਫਿਰ ਹੁਣ ਆਸ ਹੈਗੀ ਵੀ ਕੀ ਐਤ ਕੀ ਦੇ ਦੇਣਾ ਐ ਪਿਛਲੀ ਵਾਰੀ ਨਹੀਂ ਦਿੱਤਾ ਹੁਣ ਕਾਹਦਾ ਦੇਣਾ ਐਂ ਤਾਂ ਆਸ ਢਾਈ ਖੜੇ ਆ ਸਾਨੂੰ ਤੇ ਆ ਵੀ ਰੱਬ ਕਿਰਪਾ ਕਰੇ ਵੀ ਬਿਮਾਰੀਆਂ ਹੀ ਨਾ ਫੈਲਣ ਬਹੁਤ ਮਾੜੀਆਂ ਬਿਮਾਰੀਆਂ ਫੈਲ ਰਹੀਆਂ ਲਾਗ ਲੱਗ ਜਾਨੀਆਂ ਅਸੀਂ ਅੱਗੇ ਪੱਠੇ ਵੜਦੇ ਆਂ ਪਿਛਲੇ ਸਾਲਾਂ ਦੇ ਵਿੱਚ ਤੇ ਮੁੜ ਕੇ ਜਿਹੜੀ ਦਵਾਈ ਲਈਦੀ ਆ ਉਹ ਵੀ ਸਟਰੋਂਗ ਹੁੰਦੀ ਆ ਉਹਦੇ ਨਾਮੇ ਗਾਂ ਟਟੀਆਂ ਉਲਟੀਆਂ ਲੱਗਦੀਆਂ ਐ ਜੀ ਦਵਾਈ ਦਿੰਦੇ ਡਾਕਟਰ ਕਿੰਮੜੀਆਂ ਦੀਆਂ ਬਿਮਾਰੀਆਂ ਬਹੁਤ ਲੱਗੀਆਂ ਟਾਈਫਾਇਡ ਹੈਜਾ ਮਲੇਰੀਆ ਹੋਰ ਕੁਝ ਵੀ ਕਿੰਨੇ ਆ ਜੀ ਤੁਹਾਡੇ 8 ਕਿੱਲੇ ਜੀ 8 ਕਿੱਲਾਂ ਦੇ ਵਿੱਚ ਕੁਝ ਬਚਿਆ 4 ਕਿੱਲੇ ਬਚੇ ਆ ਜੀ ਉਹ ਸੇਮ ਦੇ ਨਾਲ ਸੀ ਉੱਚੇ ਥਾ ਜੀ ਅੱਛਾ ਉੱਚੇ ਉਹ ਵੱਧ ਗਿਆ ਹਾਂ ਜੀ ਤੇ ਬਾਕੀ ਸਾਰਾ ਗਿਆ ਥੋਪ ਜੀ ਸਾਰੀ ਉਹ ਪੱਲੇ ਪੈ ਗਿਆ ਹਾਂ ਜੀ ਇਹਦਾ ਪਰ ਖਰਚਾ ਖਰਚਾ ਹੀ ਪੱਲੇ ਸਾਰਾ ਕੁਝ ਹੀ ਪੱਲੇ ਆ ਬਾਈ ਸਾਰਾ ਕੁਝ ਹੀ ਪੱਲੇ ਬਾਈ ਸਾਰਾ ਕੁ ਇਹ ਤਾਂ ਫਿਰ ਮੈਨੂੰ ਲੱਗ ਕਈ ਸਾਲ ਪਿੱਛੇ ਕਰਤਾ ਕਿਸਾਨ ਨੂੰ ਪੂਰੇ ਕਿੰਨੇ ਹੋਣਗੇ ਨਹੀਂ ਪੂਰੇ ਹੋਣੇ ਜੀ 60 70 ਪਿਛਲੀ ਵਾਰੀ ਕਣਕ ਮਾਂਜੀ ਅੱਜ ਕੀ ਝੋਨਾ ਮਾਂਜਿਆ ਤੁਸੀਂ ਆਪ ਹੀ ਹਿਸਾਬ ਲਾ ਲਓ ਕਿੱਥੇ ਜਾਵੜੇ ਬਣੂ ਕੀ ਫਰਕ ਸਾਂਦਾ ਪਿਛਲੀ ਵਾਰੀ ਸੁੱਕੀ ਜਿਹੜੀ ਤੂੜੀ ਮਿਲਨੀ ਡੰਗਰਾਂ ਨੂੰ ਉਹ ਰੱਬ ਨੇ ਖਰਾਬ ਕਰਤੀ ਮੀਂਹ ਪਾ ਪਾ ਕੇ ਤੇ ਐ ਕਿ ਜਿਹੜਾ ਹਰਾਚਾਰਾ ਸੀਗਾ ਉਹ ਫੇਰ ਖਰਾਬ ਹੋ ਗਿਆ ਡੰਗਰਾਂ ਦਾ ਬੰਦੇ ਨਾ ਬੁਰਾ ਹਾਲ ਆ ਕਿੰਨੀਆਂ ਜੀ ਤਿੰਨ ਕਿੱਲੇ ਤਿੰਨ ਕਿੱਲਾਂ ਚ ਕੋ ਬਚਿਆ ਜਮਾ ਹੀ ਨਹੀਂ ਕੁਝ ਵੀ ਨਹੀਂ ਬਚਿਆ ਨਹੀਂ ਪਸ਼ੂਆਂ ਪੁੱਸੂਆਂ ਵਾਸਤੇ ਨਹੀਂ ਆਹੀ ਆਪ ਪੂ ਸਾਹਮਣੇ ਤੁਸੀਂ ਤਾਂ ਵਿੱਚ ਹੀ ਬੈ ਮੇਰੀ ਵੀ ਤਾਂ ਨਿੱਕਲੀ ਜ਼ਮੀਨ ਹੈ ਹਾਂ ਠੇਕੇ ਡੁਕੇ ਦੇ ਵੀ ਕਿ ਆਪਦੇ ਕੋਲ ਮੈਂ ਠੇਕੇ ਦੇ ਦਿੰਦਾ ਇਹ ਜ਼ਮੀਨ ਪਰ ਠੇਕਾ ਲੈਣ ਨੂੰ ਜੀ ਕਿਵੇਂ ਕਰੂਗਾ ਜੇ ਠੇਕੇ ਵਾਲ ਨੂੰ ਕੁਝ ਬਚੂਗਾ ਤਾਂ ਹੀ ਸਾਨੂੰ ਦੇਊਗਾ ਨਾ ਮੈਂ ਨਹੀਂ ਜੇ ਉਹਨੂੰ ਕੁਝ ਪੱਲੇ ਹੀ ਨਹੀਂ ਦੇ ਪਊ ਅਗਲੇ ਸਾਲ ਉਹ ਠੇਕੇ ਤੇ ਵੀ ਨਹੀਂ ਲਊਗਾ ਇਹ ਬਾਈ ਜੀ ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ ਕੋਈ ਆਈ ਜਾਵੇ ਜਾਈ ਜਾਵੇ ਇਹ ਪਿੰਡ ਦੇ ਲੋਕਾਂ ਨੂੰ ਅੱਜ ਤੋਂ 20 ਸਾਲ ਪਹਿਲਾਂ ਚਾਹੀਦਾ ਸੀਗਾ ਵੀ ਆਪਦੇ ਲੈਵਲ ਤੇ ਕਮੇਟੀਆਂ ਬਣਾਉਦੇ ਕੋਈ ਫੰਡ ਇਕੱਠਾ ਕਰਦੇ ਜੇ ਮਹਾਮਾਰੀ ਆਉਂਦੀ ਹੈ ਜਾਂ ਕਿਵੇਂ ਦੀ ਕੋਈ ਮੁਸੀਬਤ ਆਉਂਦੀ ਹੈ ਤਾਂ ਆਪਾਂ ਇੱਕ ਦੂਜੇ ਨਾਲ ਲੋਕ ਹੀ ਖੜਨਗੇ ਤਾਂ ਹੀ ਚੱਲਣਾ ਕੰਮ ਲੀਡਰ ਲੂਡਰ ਨਹੀਂ ਖੜਦਾ ਲੀਡਰ ਲੂਡਰ ਕਿਸੇ ਨੇ ਨਹੀਂ ਬਈ ਖੜਨਾ ਕੋਈ ਸਰਕਾਰ ਆਈ ਜਾਵੇ ਜਾਈ ਜਾਵੇ ਇਹ ਲੋਕਾਂ ਨੇ ਲੋਕਾਂ ਦੇ ਕੰਮ ਆਣਾ ਇਹ ਅੱਜ ਲੋਕ ਸਮਝ ਜਾਣ ਇਸ ਗੱਲ ਨੂੰ ਚਾਹ ਪੰਜ ਸਾਲ ਲੱਗੇ ਹੋ ਕੇ ਸਮਝਣ ਇਹ ਲੋਕਾਂ ਨੂੰ ਪਹਿਲਾਂ ਸਮਝ ਜਾਣੀ ਚਾਹੀਦੀ ਸੀ ਆਹ ਮੁੰਡੇ ਨੂੰ ਹੁਣ ਉਹਨਾਂ ਨੇ ਸਾਡੇ ਪਿੰਡ ਦਾ ਬਲਾਕ ਪ੍ਰਧਾਨ ਬਣਾਇਆ ਆਮ ਆਦਮੀ ਵਾਲਿਆਂ ਨੇ ਇਸ ਮੁੰਡੇ ਨੂੰ ਪੁੱਛੋ ਵੀ ਕਿਸੇ ਨੂੰ ਇਹਨੇ ਜਾ ਕੇ ਇਹ ਕਹਿ ਆ ਵੀ ਭਾਈ ਬੁਰੀ ਹੋਈ ਯਾਰ ਵੀ ਅਸੀਂ ਤਾਂ ਸਾਡਾ ਐਮ ਐਲ ਏ ਆਉਂਦਾ ਥੋੜੀ ਗੱਲ ਸੁਣਾ ਕਿ ਜਾਈਏ ਕਰਾਂਗੇ ਐਂ ਕਰਾਂਗੇ ਹੈ ਤੁਹਾਡੇ ਨਾਲ ਤੁਰੇ ਫਿਰਦੇ ਆਂ ਬੰਦੇ ਨੇ ਬਾਈ ਜੀ ਗੱਲ ਨਹੀਂ ਸੁਣੀ ਇਹ ਲੋਕਾਂ ਨੂੰ ਲੋਕਾਂ ਨਾਲ ਖੜਨਾ ਪੈਣਾ ਹੈ ਕਿਸੇ ਐਮਐਲਏ ਕੋਈ ਆਈ ਜਾਵੇ ਐਮਪੀ ਆਈ ਜਾਵੇ ਐਮਐਲਏ ਹਜੇ ਮੁੱਖ ਮੰਤਰੀ ਹਜੇ ਕਿਸੇ ਨੇ ਪੰਜੀ ਨਹੀਂ ਦੇਣੀ ਆ ਮੁੰਡੇ ਨੇ ਦੱਸਿਆ ਹੀ ਆ ਸਾਡੇ ਪਿੰਡ ਦੇ ਇੱਕ ਘਰ ਦਾ ਮੌਜਾ ਲਿਖਿਆ ਸੀ ਉਹਨੇ ਉਹ ਨਹੀਂ ਦੇ ਸਕੀ ਗਵਰਨਮੈਂਟ ਹੂੰ ਇਹ ਤਾਂ ਲੋਕਾਂ ਨੂੰ ਆਪਦੇ ਨਾਲ ਆ ਵੀ ਛੱਡਣਾ ਪੈਣਾ ਬੰਦੇ ਕਹਿੰਦੇ ਅਸੀਂ ਆਮ ਆ ਯਾਰ ਪਤਾ ਨਹੀਂ ਐਂ ਕਹਿੰਦੇ ਫਿਰਦੇ ਅਸੀਂ ਆਮ ਆ ਭਾਈ ਜੀ ਕਿਸੇ ਨੇ ਕੁਝ ਨਹੀਂ ਦੇਣਾ ਭਾਈ ਕਿਉਂ ਕਿਵੇਂ ਆਮ ਹੀ ਆ ਰਹਿ ਕੇ ਬਸ ਕੇ ਹੋਰ ਕੀ ਮੇਰਾ ਨਾ ਸੁਣ ਲਓ ਭਾਈ ਜੀ ਹਾਂਜੀ ਸਵੇਰੇ ਇਹਨੇ ਮੈਨੂੰ ਨੰਬਰ ਦਿੱਤਾ ਐਮਐਲਏ ਦਾ ਹੂੰ ਸਵੇਰ ਤੋਂ ਲੈ ਕੇ ਹੁਣ ਤੱਕ 50 ਵਾਰੀ ਫੋਨ ਕੀਤਾ ਮੈਨੂੰ ਅੱਜ ਉਹਨੇ ਰੈਂਕ ਨਹੀਂ ਕੀਤੀ ਦੁਆਰਾ ਆਪ ਵੀ ਤੁਹਾਡੇ ਜੋ ਕੋਈ ਕਹਿ ਰਿਹਾ ਸੀ ਕਿ ਇਹ ਕੌਣ ਕਹਿ ਰਿਹਾ ਸੀ ਬਾਈ ਜੀ ਕਹਿ ਰਿਹਾ ਸੀ ਇਹ ਪ੍ਰਧਾਨ ਬਣਾਇਆ ਇਹਨੇ ਮੈਨੂੰ ਨੰਬਰ ਦਿੱਤਾ ਸਵੇਰੇ ਵੀ ਗੱਲ ਕਰ ਲੋ ਤੁਹਾਨੂੰ ਦੁਆਰਾ ਫੋਨ ਆ ਜੂ ਕਿਉਂ ਬਾਈ ਮੈਂ ਪੰਜਾਬ ਵਾਲੀ ਫੋਨ ਕੀਤਾ ਪੁੱਤ ਆ ਰਹੇ ਜੀ ਐਮਐਲ ਸਾਹਿਬ ਆ ਰਹੇ ਆ ਉਹਦੇ ਘੰਟੇ ਦੇ ਵਿੱਚ ਵਿਚਾਲੇ ਆ ਰਹੇ ਆ ਇੱਕ ਵਾਰ ਤੁਹਾਡੀ ਗੱਲ ਹੋਈ ਗੱਲ ਹੋਈ ਬਈ ਇਹ ਕੀ ਕਿਹਾ ਸੀ ਤੁਸੀਂ ਕੀ ਦੱਸਿਆ ਨੁਕਸਾਨ ਦਾ ਦੱਸਿਆ ਵਿਆ 1200 ਕਿੱਲੇ ਦੇ ਵਿੱਚ ਪਾਣੀ ਆਇਆ ਵਿਆ ਹੂੰ ਉਹਦੇ ਵਿੱਚ ਛੱਪੜ ਦਾ ਵੀ ਸਾਰਾ ਪਾਣੀ ਜਿਹੜਾ ਉਹ ਪਿੰਡ ਦੇ ਵਿੱਚ ਅੰਡਰਗਰਾਊਂਡ ਹੋ ਚੱਕ ਪਿੰਡ ਦੇ ਆਸੇ ਪਾਸੇ ਆ ਚੁੱਕਾ ਉਹਦਾ ਵੀ ਦੱਸਿਆ ਵਿਆ ਉਹਨਾਂ ਨੂੰ ਉਹ ਪ੍ਰਸ਼ਾਸਨ ਦੇ ਤਾਂ ਗੱਲ ਪਹੁੰਚ ਗਈ ਹੈ ਪਹੁੰਚਦੇ ਨਾਲ ਹੀ ਉਹ ਕਹਿੰਦੇ ਅਸੀਂ ਆ ਪਾ ਰਹੇ ਮਹਲਸਾ ਮਾਹਕ ਦੇ ਗਰਾਹਾਂ ਵਾਲਾ ਤਾਂ ਹੀ ਗਲਚ ਪਾਈ ਫਿਰਦਾ ਪੀਲਾ ਆਹ ਮਾ ਤੁਮੀ ਬਾਟੀ ਆ ਹਾਂਜੀ ਕਿੰਨਾ ਥੋੜਾ ਥੋੜਾ ਕਿੰਨਾ ਹੋਇਜੀ 15 ਕਿਲੇ ਨੇ ਕੁਛ ਬਚਿਆ ਜੀ ਤੁਹਾਡਾ ਕੁਛ ਬਚਿਆ ਹੈ ਤਾਂ ਮਾੜਾ ਮੋਟਾ ਹਾਂਜੀ ਬਾਕੀ ਸਾਰੀ ਤਬਾਈ ਬਾਕੀ ਤਬਾਈ ਜੀ 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 ਪਾਣੀ ਵੜ ਜਾਣਾ ਉਹ ਦੇਖੋ ਥੋੜੇ ਸਾਹਮਣੇ ਹੀ ਘਰ ਚ ਪਾਣੀ ਵੜਿਆ ਫਿਰਦਾ ਕੰਨ ਸਾਰੀ ਡਗ ਪਈ ਹੈ ਦੇਖੋ ਜੀ ਕੰਨ ਡਗ ਪਈ ਹੈ ਨਾ ਉਹ ਸਾਰੇ ਦੇਖੋ ਜੀ ਮੈਂ ਕੈਮਰਾ ਵੇਖੋ ਮਾੜਾ ਪਾਰ ਕੋ ਹਾਂ ਆ ਸਾਰੀ ਵਿਚੇ ਪਾਣੀ ਦੀ 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 ਰੇਟ ਕੋਈ ਵੀ ਪਈ ਸਾਰੀ ਪਾਣੀ ਦੇ ਵਿੱਚ ਡੁੱਗੀਆਂ ਪਈਆਂ ਇਟਾਂ ਕੰਨ 8 ਫੁੱਟ ਫੁੱ ਵਟ ਵਰਦੀਆਂ ਹਾਂਜੀ ਇਹ ਸਾਰੇ ਪਿੰਡ ਜੀ ਵਰਦੂ ਪਾਣੀ ਜੀ ਜੇ ਨਾਨਕਾਸ਼ ਹੋਇਆ ਦਾ ਜੇ ਹੋਰ ਨਹੀਂ ਆਗਾ ਹਾਂਜੀ ਤੋਂ ਹੋਰ ਹੋ ਨਹੀਂ ਆਗਾ ਇਹ ਰੋਡ ਤੇ ਦੱਬਣੀਆਂ ਪਣੀਆਂ ਪਾਈਪਾਂ ਨਿਕਾਸੀ ਹੋ ਜੂਗੀ ਫੇਰ ਪਾਣੀ ਨਿਕਲ ਜਾਊਗਾ ਫੇਰ ਬਚ ਸਕਦਾ ਇਹਦੇ ਕਿਸਾਨ ਹੀ ਕਿਸਾਨ ਨੂੰ ਮਾਰੀ ਜਾਂਦੇ ਦੂਜੇ ਨਾ ਗਾਂ ਤੋੜਦੇ ਨੇ ਦੰਦੇ ਸਾਨੂੰ ਪਾਣੀ ਗਾਂ ਨੰਗਰ ਨੇ ਵੀ ਗੱਲ ਕੀਤੀ ਬਈ ਇਹ ਨਾਲ ਪਰ ਉਹ ਪੁਲੀਆਂ ਨਹੀਂ ਗਾਂ ਨੰਗਨ ਦਿੰਦੇ ਕਹਿੰਦੇ ਇਹ ਨਹੀਂ ਨੰਗਨ ਦੇ ਆਏ ਉਹ ਵੀ ਅਸੀਂ ਡੁੱਬ ਜਾਈਏ ਆਪਾਂ ਤਿੰਨ ਚਾਰ ਵਾਰੀ ਖੁਦ ਗੱਲ ਕਰ ਚੁੱਕੇ ਆ ਪਰ ਉਹ ਨਹੀਂ ਸਾਰ ਕਰਦੇ ਉਹ ਕਹਿੰਦੇ ਇਹ ਨਹੀਂ ਗੱਲ ਸੁਣਨੀ ਕਿਸੇ ਦੀ ਕੋਈ ਪ੍ਰਸ਼ਾਸਨ ਜੀ ਜ਼ੋਰ ਲਾ ਕੇ ਆਏ ਹਾਂ ਪੂਰਾ ਜ਼ੋਰ ਲਾਇਆ ਹੈ ਪਰ ਕੋਈ ਗੱਲ ਬਣ ਨਹੀਂ ਦਿੰਦਾ ਕੋਈ ਇਹ ਰਜੋ ਅੱਗੇ ਤਾਂ ਫਿਰ ਵੋਟਾਂ ਮੰਗਣ ਆਉਣਗੇ ਨਾ ਉਦੋਂ ਆਪਾਂ ਸਾਰਾ ਪਿੰਡ ਇਕੱਠੇ ਹੋ ਕੇ ਵੋਟਾਂ ਪਾਉਣ ਤੋਂ ਪਹਿਲਾਂ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਸਵਾਲ ਉਹਨਾਂ ਦੇ ਮੂਰੇ ਰੱਖੀਏ ਆਪਦਾ ਮੈਨੀਫੈਸਟੋ ਵੀ ਜੇ ਤੁਸੀਂ ਆ ਗੱਲਾਂ ਸਾਡੀਆਂ ਉੱਤੇ ਪੂਰੇ ਲਾਹੋਂਗੇ ਤਾਂ ਅਸੀਂ ਵੋਟ ਪਾਵਾਂਗੇ ਚਾਹੇ ਕਿਸੇ ਵੀ ਪਾਰਟੀ ਦਾ ਨਹੀਂ ਤਾਂ ਉਹਨਾਂ ਸਾਰੇ ਇਕੱਠੇ ਹੋ ਕੇ ਕਹਦੇ ਵੀ ਸਾਡੇ ਪਿੰਡ ਨਾਲੋਂ ਫੇਰ ਤੁਹਾਡੇ ਹੱਲ ਹੋਣਗੇ ਵੋਟਾਂ ਪਾਉਣ ਤੋਂ ਬਾਅਦ ਕਿਸੇ ਨੇ ਤੁਹਾਡਾ ਕੋਈ ਹੱਲ ਨਹੀਂ ਕਰਨਾ ਪਰ ਵੋਟਾਂ ਲੈਣ ਮਿਲ ਤਾਂ ਕਹਿ ਦਿੰਦੇ ਆ ਇਹ ਉਹੀ ਤਾਂ ਮੈਂ ਕਹਿ ਰਹਣਾ ਵੋਟਾਂ ਲੈਣ ਤੋਂ ਪਹਿਲਾਂ ਉਹਨਾਂ ਨੇ ਸਾਰੀਆਂ ਗੱਲਾਂ ਇਹ ਨਜੱਠਣੀਆਂ ਪੈਣੀਆਂ ਵੀ ਸਾਨੂੰ ਆਹ ਪ੍ਰੋਬਲਮ ਆਉਣੀਆਂ ਜੇ ਤੁਸੀਂ ਹੱਲ ਕਰ ਸਕਦੇ ਹੋ ਸਾਨੂੰ ਪਾਰਟੀ ਬਾਈ ਨਾਲ ਕੋਈ ਮਤਲਬ ਨਹੀਂ ਕੋਈ ਆ ਜੇ ਸਾਨੂੰ ਬੰਦਾ ਸਾਡੀਆਂ ਮੁਸ਼ਕਲਾਂ ਹੱਲ ਕਰਨ ਵਾਲਾ ਚਾਹੀਦਾ ਫੇਰ ਹੱਲ ਹੋਣੀਆਂ ਵੋਟਾਂ ਲੈਣ ਤੋਂ ਬਾਅਦ ਬਾਈ ਤੁਸੀਂ ਕੌਣ ਤੇ ਅਸੀਂ ਕੌਣ ਫੇਰ ਉਹਨਾਂ ਨੇ ਕੀ ਦੇਣਾ ਆਪਾਂ ਨੂੰ ਫੇਰ ਨਹੀਂ ਕੁਝ ਵੀ ਲਈ ਬੈਠੇ ਹੋ ਫੇਰ ਕੁਝ ਨਹੀਂ ਫੇਰ ਉਹਨਾਂ ਨੂੰ 5 ਸਾਲ ਲਈ ਕੁਰਸੀ ਮਿਲ ਗਈ ਫੇਰ ਉਹਨਾਂ ਨੂੰ ਆਪਾਂ ਆਪਣੇ ਦੁੱਖ ਨਾਲ ਉਹਨਾਂ ਨੂੰ ਕੀ ਲੱਗੇ ਉਹਦਾ ਆਪਦੇ ਵੱਤੀ ਲਾਈਆ ਕਾਰਾਂ ਤੇ ਚੜੇ ਫਿਰਦੇ ਆ ਹੁਣ ਆਹ ਆ 25 ਸਾਲ ਹੋ ਗਿਆ ਵੀ ਮੇਰੀ ਸੁਰਤ ਦੇ ਵਿੱਚ ਤੇ ਉਹ ਕਹਿੰਦੇ ਰਾਹ ਪੱਕਾ ਕਰਨਾ ਜਿਹੜਾ ਐਮਐਲਏ ਆਉਂਦਾ ਉਹ ਹੀ ਕਹਿੰਦਾ ਰਾਹ ਪੱਕਾ ਕਰਨਾ ਹਜੇ ਤੱਕ ਕਰਤਾਰਾ ਨਹੀਂ ਪੱਕਾ ਹੋਇਆ ਲਈ ਐਤਗੀ ਵੀ ਕਿਹਾ ਸਰਪੰਚਾਂ ਨੇ ਵੀ ਕਿਹਾ ਮੈਂਬਰਾਨੇ ਵੀ ਕਿਹਾ ਇਹ ਬਾਈ ਜੀ 8000 ਰੁਪਏ ਤੇ ਜੋਬ ਕਰਦੇ ਨੇ ਪ੍ਰਾਈਵੇਟ ਜੋਬ ਇੱਕ ਕਿੱਲਾ ਜ਼ਮੀਨ ਦਾ ਇਹਦੇ ਕੋਲੇ ਉਹਦੇ ਵਿੱਚ ਬੈਠਾ ਘਰ ਇਹਦਾ ਡਿੱਗਣ ਵਾਲਾ ਹੋਇਆ ਪਿਆ ਦੱਸੋ ਜੇ ਇਹਦਾ ਅੱਜ ਘਰ ਡਿੱਗਦਾ ਇਹਨੇ ساری ਉਮਰ ਚ ਇੱਕੋ ਘਰ ਬਣਾ ਸਕਿਆ ਇਹ ਬੰਦਾ ਤੇ ਇਹਨੂੰ ਕੀ ਦੇਊਗੀ ਗਵਰਨਮੈਂਟ ਮੜਕੇ ਪਹਿਲਾਂ ਬਿਮਾਰੀ ਦਾ ਮਤਲਬ ਇਹਦੇ ਘਰੇ ਆਊਗੀ ਇਹਦੇ ਦੋ ਬੇਟੀਆਂ ਇੱਕ 3 ਸਾਲ ਦੀ ਇੱਕ 4 ਸਾਲ ਦੀ ਜਾਂ ਹੀ ਪਾਣੀ 5 ਸਾਲ ਪੰਜ ਦਿਨ ਖੜਾ ਰਿਹਾ ਤਾਂ ਸਾਰੇ ਟੱਬਰ ਬਿਮਾਰ ਹੋ ਜੂਗਾ ਫੇਰ ਇਹਨੂੰ ਇਹਦਾ ਵਾਲੀ ਵਾਰ ਸਕਾਉਣ ਹੈ ਕੋਈ ਵੀ ਨਹੀਂ ਦੋ ਦਿਨ ਹੋ ਗਏ ਕਿਸੇ ਨੇ ਦੀ ਸਾਰ ਨਹੀਂ ਲਈ ਓਥੇ ਛੱਡ ਕੇ ਉਹਨੂੰ ਪਾਸੇ ਹਜੇ ਸਾਡਾ ਪਿੰਡ ਬਾਈ ਜੀ ਐਡਾ ਵਧੀਆ ਇਹ ਰਾਤ ਨੂੰ ਅੱਧੀ ਰਾਤ ਆਵਾਜ਼ ਮਾਰੇ ਸਾਰਾ ਪਿੰਡ ਆ ਕੇ ਖੜਦਾ ਪਰ ਸਾਡੇ ਪਿੰਡ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਨਾ ਹੀ ਮਿਲਦਾ ਕੋਈ ਆਊਗਾ ਦੁਆਰਾ ਹਾਂ ਨਾ ਹੀ ਕਿਸੇ ਨੇ ਆਉਣਾ ਦੁਆਰਾ ਭਾਈ ਇਹ ਪਹਿ ਪਾਵਰ ਸੇ ਤਨੀਆ ਵੋਟਾਂ ਬਣੀਆਂ ਕਿੰਨੇ ਘਰ ਆ ਕੋਈ ਸੀਵਰੇਜ ਕੋਈ ਨਾਲੀ ਕੋਈ ਪਾਣੀ ਕਿਸੇ ਵੀ ਸੀ ਕੋਈ ਨਾ ਕੋਈ ਛੜਕ ਹਰ ਵੇਲੇ ਲਾਰੇ ਤੋਂ ਲਾਰਾ ਲਾਰੇ ਦੇ ਲਾਰਾ ਛੜ ਲਈ ਆਉਂਦੇ ਆ ਕੋਈ ਵੀ ਚੀਜ਼ ਦੱਸ ਦੋ ਇੱਥੇ ਕੋਈ ਵੀ ਚੀਜ਼ ਹੈਗੀ ਆ ਛੜਕ ਵਾਲੇ ਨੇ ਵੀ ਲਾਰਾ ਲਿਆ ਲਾਰਾ ਜੀ ਲਾਰਾ ਸੀਵਰੇਜ ਦਾ ਵੇਖ ਲੋ ਵਾਟ ਵਾਟ ਦਾ ਲਾ ਲਓ ਗਲੀ ਦਾ ਲਾ ਲਓ ਕੋਈ ਨਾ ਆ ਕੋਈ ਵੀ ਚੀਜ਼ ਹੈ ਨਹੀਂ ਇਸ ਗਲੀ 'ਚ ਕੋਈ ਵੀ ਚੀਜ਼ ਹੋਵੇ ਕਿ ਇੱਕ ਵੀ ਚੀਜ਼ ਹੋਵੇ ਲੈ ਵੀ ਕਹਿੰਦੇ ਪੈ ਵੀ ਨੱਪੀ ਹੋਵੇ ਕਿਸੇ ਗੱਲ ਦੀ ਸਾਰਾ ਬਾਹ ਪਾਣੀ ਇੱਥੇ ਨਾਲ ਹੀ ਪਈ ਜਾਂਦਾ ਇਹ ਘਰ ਦਾ ਹਰਾ ਮੁਸ਼ਕ ਮਾਰਦਾ ਕੱਢ ਸਕਿਆ ਆਪਣੇ ਪ੍ਰਸ਼ਾਸਨ ਤੇ ਦੱਸੋ ਉਹ ਐਡਾ ਪਾਣੀ ਕੌਣ ਕੱਢੂਗਾ ਹਮ ਇੰਨੀਆਂ ਪਾਈਪਾਂ ਦਾ ਪਾਣੀ ਇੰਨੇ ਕਿਸਾਨ ਆ ਜਿਹੜਾ ਇੰਨਾ ਝੋਨਾ ਡੁੱਬ ਗਿਆ ਉਹਦਾ ਪਾਣੀ ਕਿੱਧਰ ਨਿਕਲੂਗਾ ਜੇ ਇੱਕ ਘਰ ਦਾ ਪਾਣੀ ਨਹੀਂ ਕੱਢ ਸਕਿਆ ਆਪਣੀ ਕੱਢਿਆ ਜੋ ਫਿਰ ਕੱਢਿਆ ਜੇ ਨਾ ਕੱਢਿਆ ਫਸਲ ਹੀ ਮਰੂਗਾ ਫਿਰ ਕੀ ਫਾਇਦਾ ਉਹਦਾ ਆਸਰਾ ਕੀ ਇਹਦਾ ਹੁਣੇ ਹੁਣੇ ਹਾਲੋਵੇ ਦਾ ਫੇਰ ਆ ਜੀ ਹੁਣੇ ਕਿਵੇਂ ਜੀ ਕਿਵੇਂ ਜੀ ਹੁਣ ਤਾਂ ਮੌਕੇ ਤੇ ਪਾਈਪਾਂ ਪ੍ਰਸ਼ਾਸਨ ਆਵੇ ਜੇ ਸੀਬੀ ਲਾ ਕੇ ਪਾਈਪਾਂ ਦੱਬੀਆਂ ਨੇ ਇਹ ਪਾਣੀ ਨਿਕਲਦਾ ਹੁਣ ਕੋਈ ਅਸਾਰ ਨਹੀਂ ਕਿ ਕੀ ਬਦਾ ਬੱਜੇ ਹਨਾ ਵੀ ਕਿਉਂ ਕੱਲ ਨਹੀਂ ਪਿਆ ਪਾਣੀ ਨਿਕਲਣਾ ਤਾਂ ਬੱਜ ਸਕਦਾ ਨਹੀਂ ਤਾਂ ਲੱਗ ਹੀ ਸਕੂ ਹੋਏ ਰ ਹੋਰ ਪੱਠੇ ਦਾ ਬੱਜ ਜਾਣਗੇ ਕਿਸਾਨ ਪੱਠੇ ਨਾ ਬਚਣਗੇ ਖੋਸ ਤਾਂ ਬਚੂ ਐ ਤਾਂ ਕੁਝ ਵੀ ਨਹੀਂ ਜੀ ਹਾਂਜੀ 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 ਅਜੀ ਸਾਡੀ ਤੇ ਇਹੀ ਰਿਕਵੈਸਟ ਹੈ ਜੀ ਵੀ ਇਹ ਉਥੋਂ ਨਿਕਾਸੀ ਦਿੱਤੀ ਜਾਵੇ ਪਾਣੀ ਨੂੰ ਫੇਰ ਫਸਲਾਂ ਪਾਣੀ ਨਿਕਲ ਜਾਊਗਾ ਦੁਆਰਾ ਫਸਲਾਂ ਬੀਜੀਆਂ ਜਾ ਸਕਦੀਆਂ ਫੇਰ ਕੋਈ ਵਿੱਚੋਂ ਪੱਠੇ ਕੋਈ ਚੀਜ਼ ਬਚਣ ਦੇ ਚਾਂਸ ਹੈਗੇ ਆ ਨਹੀਂ ਤਾਂ ਇਸ ਦੇ علاوہ ਨਹੀਂ ਹੈਗਾ ਫੇਰ ਹੀ ਬਚੂ ਬਾਈ ਜੀ ਨਿਕਲ ਗਏ ਤਾਂ ਬਾਈ ਤਿੰਨਾ ਚਾਰਾਂ ਦਿਨਾਂ ਦੇ ਵਿੱਚ ਪਾਣੀ ਨਿਕਾਸ ਹੁੰਦਾ ਤਾਂ ਚਾਂਸ ਹੈਗੇ ਆ ਜੇ ਉੱਤੋਂ ਵੀ ਠੰਡ ਰਵੇ ਤਾਂ ਜੇ ਮੰਨ ਲਓ ਤਿੰਨ ਚਾਰ ਤਾਂ ਨਹੀਂ ਨਿਕਲਦਾ ਝੋਨਾ ਦਾ ਸ਼ਾਇਦ ਬਾਜੂ ਪੱਠੇ ਨਹੀਂ ਬਜਣੇਗੇ ਤੇ ਬਾਕੀ ਜੀਵਿੰਦਾਰ ਤਾਂ ਜੀਵਿੰਦਾਰੀ ਵੈਰੀ ਤੁਹਾਨੂੰ ਪਤਾ ਹੀ ਆ ਕੋਈ ਇੱਧਰ ਵਾਟ ਨਹੀਂ ਵਟਣਾ ਦੂਜੇ ਨੂੰ ਖੁਸ਼ ਆ ਵੀ ਇਹਦੇ ਟੁੱਟ ਗਿਆ ਪਾਣੀ ਤੇ ਮਰ ਗਿਆ ਤੇ ਖੁਸ਼ ਆਈ ਸਾਰੇ ਹਾਂਜੀ ਜੀ ਸੋ ਜੇ ਇਹ 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 ਹਾਲਾਤ ਤੁਹਾਨੂੰ ਦਿਖਾਇਆ ਇਹ ਕੋਈ ਅਸੀਂ ਹਵਾ ਦੇ ਹਵਾ ਦੇ ਵਿੱਚ ਗੱਲ ਨਹੀਂ ਕਰਦੇ ਉਸ ਪਿੰਡ ਦੇ ਵਿੱਚ ਆ ਕੇ ਧਰਾਤਲ ਦੀ ਸਚਾਈ ਦਿਖਾਈ ਆ ਮੇਰੇ ਆਸੇ ਪਾਸੇ ਤੁਸੀਂ ਨਿਗਾ ਜਿਹੜੀ ਆ ਉਹ ਮਾਰ ਕੇ ਦੇਖ ਸਕਦੇ ਹੋ ਫਸਲਾਂ ਨੇ ਇੱਥੇ ਮੈਂ ਵੀ ਬਾਈ ਵਰਗਿਆਂ ਤੋਂ ਆ ਕੇ ਪੁੱਛਿਆ ਮੈਂ ਕਿਤੇ ਬਣ ਵੇਲੇ ਤਾਂ ਨਹੀਂ ਪਏ ਸੀ ਉਹ ਕਹਿੰਦੇ ਭਾਈ ਝੋਨਿਆਂ ਦੇ ਉੱਤੋਂ ਦੀ ਪਾਣੀ ਜਿਹੜਾ 2-2 ਫੁੱਟ 3-3 ਫੁੱਟ ਝੋਨਿਆਂ ਦੇ ਉੱਤੋਂ ਦੀ ਪਾਣੀ ਆ ਆ ਆ ਤੁਸੀਂ ਦੇਖ ਲਓ ਪੱਠੇ ਹਾਲਾਂਕਿ ਹੱਲੇ ਤੱਕ ਹਰੇ ਨੇ ਪਰ ਜੇ 2-4 ਦਿਨ ਪਾਣੀ ਹੁਣ ਇਸ ਤਰ੍ਹਾਂ ਹੀ ਖੜਾ ਰਿਹਾ ਤਾਂ ਇਸ ਤੋਂ ਪਸ਼ੂ ਜਿਹੜੇ ਹੈਗੇ ਆ ਉਹ ਵੀ ਭੁੱਖੇ ਮਰਨਗੇ ਇੱਕ ਵੀਰ ਹੁਰੀ ਮਿਲੇ ਸੀ ਵੀਰ ਕਹਿੰਦਾ ਕਿ ਸਾਡੀ ਮੁਆਵਜ਼ਾ ਲਿਖ ਕੇ ਗਏ ਸੀ ਪਿਛਲੀ ਵਾਰੀ 12 ਕਿੱਲਾਂ ਦਾ ਪਰ ਉਹ ਮੁਆਵਜ਼ਾ ਹਾਲੇ ਤੱਕ ਨਹੀਂ ਆ ਕਹਿੰਦੇ ਸਾਨੂੰ ਆਸ ਉਮੀਦ ਹੈ ਨਹੀਂ ਕਿ ਆ ਸਰਕਾਰ ਸਾਨੂੰ ਕੁਝ ਨਾ ਕੁਝ ਦੇ ਦੂ ਪਿਛਲੀ ਸਰਕਾਰ ਨੇ ਜਿਹੜਾ ਉਹ ਕੁਝ ਨਹੀਂ ਦਿੱਤਾ ਤਾਂ ਧਿਆਨ ਸਰਕਾਰ ਤੱਕ ਤਾਂ ਜੋ ਇਹ ਵੀਡੀਓ ਪਹੁੰਚਦੀ ਜ਼ਰੂਰ ਕਰ ਦਿਓ ਤਾਂ ਜੋ ਕੰਨਾਂ ਦੇ ਉੱਪਰ ਜੂੰਨ ਸਰਕ ਸਕੇ ਕਿ ਇਸ ਪਿੰਡ ਦੀ ਜਿਹੜੀ ਤਬਾਹੀ ਦਾ ਮੰਜ਼ਰ ਆ ਤਾਂ ਇਹਦਾ ਇਹਨਾਂ ਵੱਲ ਧਿਆਨ ਜਿਹੜਾ ਕਿਤਨਾ ਕਿਤੇ ਦਿੱਤਾ ਜਾ ਸਕੇ ਤਾਂ ਜੋ ਡੁੱਬਦੀ ਕਿਸਾਨੀ ਨੂੰ ਬਚਾਇਆ ਜਾ ਸਕੇ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇ ਬੰਦੋ ਇਜਾਜ਼ਤ ਧੰਨਵਾ